ਹੈਲੋ ਆ ਵੈਲਕਮ ਟੂ ਆਲ ਆਫ ਯੂ ਸਸਤ੍ਰੀਕਾਲ ਨਮਸਕਾਰ ਸਵਾਗਤ ਹੈ ਤੁਹਾਡੇ ਸਾਰਿਆਂ ਦਾ ਪੰਜਾਬ ਰਾ 247 ਤੇ ਅੱਜ ਅੱਜ ਆਪਾਂ ਕੁਝ ਸਪੈਸ਼ਲ ਕੁਐਸ਼ਨਸ ਕਰਾਂਗੇ ਔਰ ਅੱਜ ਦੀ ਕਲਾਸ ਬਹੁਤ ਹੀ ਇੰਪੋਰਟੈਂਟ ਕਲਾਸ ਰਹੇਗੀ ਕਿਉਂਕਿ ਇਹਦੇ ਵਿੱਚ ਆਪਾਂ ਕੁਝ ਔਰਨਾਮੈਂਟਸ ਕਰਾਂਗੇ ਐਸ ਵੈਲ ਐਸ ਕੁਐਸ਼ਨਸ ਵੀ ਕਰ ਰਹੇ ਹਾਂ ਔਰਨਾਮੈਂਟਸ ਵੀ ਕਰ ਰਹੇ ਹਾਂ ਔਰ ਕਲਾਸ ਨੂੰ ਲਾਈਕ ਸ਼ੇਅਰ ਜੁੜ ਕਰਦੇ ਰਹਿਣਾ ਸਭ ਨੇ ਚਲੋ ਹੁਣ ਆਪਾਂ ਓਪਨ ਕਰਦੇ ਆਂ ਦੇਖ ਲੈਣੇ ਕਿਹੜੇ ਕਿਹੜੇ ਬੱਚੇ ਲਾਈਵ ਹੋ ਚੁੱਕੇ ਨੇ ਪੰਜਾਬ ਰਾ 24 ਸਸਤ੍ਰੀਕਾਲ ਸ਼ੁਭਮ ਪੱਤਰਾ ਜੋਧਵੀਰ ਸਿੰਘ ਸਤਿ ਸ੍ਰੀ ਅਕਾਲ ਹਰਮਨ ਸਿਮਰਨਜੀਤ ਚੰਦਰ ਬਟਾਲਵੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਹਿਮਾਂਸ਼ੂ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਨਮਸਕਾਰ ਤੋਂ ਚਲੋ ਜੀ ਕਲਾਸ ਨੂੰ ਸ਼ੁਰੂ ਕਰਦੇ ਹਾਂ ਸੋ ਸਾਰਿਆਂ ਨੂੰ ਪਹਿਲਾ ਕੁਸ਼ਣ ਆਪਣੇ ਕੋਲ ਕੀ ਹੈ ਹੂ ਕੰਸਟਰਕਟਿਡ ਮੋਤੀ ਬਾਗ ਇਨ ਪਟਿਆਲਾ ਪਟਿਆਲੇ ਦੇ ਵਿੱਚ ਜਿਹੜਾ ਮੋਤੀ ਬਾਗ ਹੈਗਾ ਉਹਦੀ ਕੰਸਟਰਕਸ਼ਨ ਕਿਹਦੇ ਦੁਆਰਾ ਕੀਤੀ ਗਈ ਤੋਂ ਇਹਦੇ ਵਿੱਚ ਦੋ ਕੁਸ਼ਣ ਨਿਕਲ ਕੇ ਪਟਿਆਲਾ ਦੇਖੋ ਪਟਿਆਲੇ ਦੀ ਫਾਊਂਡੇਸ਼ਨ ਬਾਬਾ ਆਲਾ ਸਿੰਘ ਜੀ ਦੇ ਦੁਆਰਾ ਕੀਤੀ ਗਈ ਸੀ Who was the founder of the Patiala that was a Baba Ala ਬਾਬਾ ਆਲਾ ਸਿੰਘ ਵਾਸ ਦਾ ਫਾਊਂਡਰ ਆਫ ਦਾ ਪਟਿਆਲਾ ਓਕੇ ਔਰ ਮੋਤੀ ਬਾਗ ਜਿਹੜਾ ਹੈਗਾ ਉਹਦੀ ਫਾਊਂਡੇਸ਼ਨ ਉਹਨੂੰ ਕੰਸਟਰਕਟ ਕੀਤਾ ਗਿਆ ਪਟਿਆਲੇ ਦੇ ਵਿੱਚ ਕਿਹੜੇ ਮਹਾਰਾਜਾ ਜੀ ਦੇ ਦੁਆਰਾ ਤੋਂ ਐਵੇਂ ਦੇ ਕੁਸ਼ਨ ਜਿਹੜੇ ਪੇਪਰ ਦੇ ਵਿੱਚ ਕਾਫੀ ਆਉਂਦੇ ਹੁੰਦੇ ਨੇ ਠੀਕ ਹੈ ਐਵੇਂ ਦੇ ਕੁਸ਼ਨ ਪੇਪਰ ਦੇ ਵਿੱਚ ਕਾਫੀ ਆਉਂਦੇ ਹੁੰਦੇ ਨੇ ਤਾਂ ਇਹ ਚੀਜ਼ਾਂ ਦਾ ਤੁਸੀਂ ਖਿਆਲ ਰੱਖਣਾ ਹੈ हाँ ऑप्शन अपने को बा आलाबा आला सिंह नहीं है क्योंकि ये पटियाले फाउंडर से अगली हैगी है कि ये महाराजा यादविंदर सिंह बहुत सारे बच्चों ने महाराजा यादविंदर सिंह आंसर दिता है जोड़ा कि आंसर थोड़ा तो हो सकता है गलत अगला क्वेश्चन की है अगे है अपना आ, महाराजा नरेंद्र सिंह अगर नन ऑफ साहब ਯਾਦਵਿੰਦਰ ਸਿੰਘ ਨਹੀਂ ਹੈਗਾ ਮਹਾਰਾਜਾ ਨਰਿੰਦਰ ਸਿੰਘ ਹੈ ਜਿਹੜੇ ਇਹਨਾਂ ਨੇ ਮੋਤੀ ਬਾਗ ਦੀ ਜਿਹੜੀ ਫਾਊਂਡੇਸ਼ਨ ਆ ਉਹ ਕੀਤੀ ਸੀ ਮਹਾਰਾਜਾ ਨਰਿੰਦਰ ਸਿੰਘ ਇਜ਼ ਦਾ ਕਰੈਕਟ ਆਨਸਰ ਮੋਤੀ ਬਾਗ ਦੀ ਫਾਊਂਡੇਸ਼ਨ ਕਰਨ ਵਾਲੇ ਕਲੀਅਰ ਓਕੇ ਤਾਂ ਮੋਤੀ ਬਾਗ ਕਦੀ ਵੀ ਆ ਜੇ ਪੇਪਰ ਦੇ ਵਿੱਚ ਮਹਾਰਾਜਾ ਯਾਦਵਿੰਦਰ ਸਿੰਘ ਨਹੀਂ ਕਰਨਾ ਉਹ ਯਾਦਵਿੰਦਰ ਗਾਰਡਨ ਹੈ ਜਿਹੜੇ ਇਹਨਾਂ ਨੂੰ ਕਮੈਮੋਰੇਟ ਕਰਨ ਲਈ ਬਣਾਇਆ ਗਿਆ ਸੀ ਨੇ ਦੈਟ ਵਾਸ ਦਾ ਯਾਦਵਿੰਦਰ ਗਾਰਡਨ ਉਹ ਮਹਾਰਾਜਾ ਯਾਦਵਿੰਦਰ ਸਿੰਘ ਦੀ ਮੈਮਰੀ ਦੇ ਵਿੱਚ ਜਿਹੜਾ ਬਣਾਇਆ ਗਿਆ ਹੋਇਆ ਠੀਕ ਹੈ ਯਾਦਵਿੰਦਰ ਗਾਰਡਨ ਤੋ ਇਥੇ ਆਨਸਰ ਮੋਤੀ ਬਾਗ ਦੀ ਕੰਸਟਰਕਸ਼ਨ ਕਰਨ ਵਾਲੇ ਉਹ ਸੀ ਮਹਾਰਾਜਾ ਨਰਿੰਦਰ ਸਿੰਘ ਮਹਾਰਾਜਾ ਨਰਿੰਦਰ ਸਿੰਘ ਕਦੇ ਵੀ ਅੱਗੇ ਤੋਂ ਕੁਐਸਚਨ ਗਲਤ ਨਾ ਹੋਵੇ ਅੱਜ ਦਾ ਕੁਐਸਚਨ ਬਹੁਤ ਬੱਚਿਆਂ ਨੇ ਗਲਤ ਕੀਤਾ ਹੈ ਯਾਦਵਿੰਦਰ ਸਿੰਘ ਬਹੁਤ ਬੱਚਿਆਂ ਨੇ ਆਨਸਰ ਦਿੱਤਾ ਬਟ ਅੱਗੇ ਤੋਂ ਕੁਐਸਚਨ ਨਾ ਗਲਤ ਹੋਵੇ ਠੀਕ ਹੈ ਆਨਸਰ ਕਿਹਦਾ ਸਹੀ ਆਇਆ ਸੀਗਾ ਆਇਆ ਸੀ ਕਿਸੇ ਦਾ ਸਹੀ ਨਹੀਂ ਸੀ ਆਇਆ ਹੈ ਨਾ ਯਾਦਵਿੰਦਰ ਯਾਦਵਿੰਦਰ ਸਭ ਦਾ ਹੀ ਬੀ ਆਪਸ਼ਨ ਆਨਸਰ ਹੈਗਾ ਠੀਕ ਹੈ ਚਲੋ ਅਗਲਾ ਕੁਐਸਚਨ ਕਰਦੇ ਆਪਾਂ ਵਿਚ ਕਲਰ ਕਲੋਥਸ ਆਰ ਵਰ ਆਣਾ ਚਾਹੀਦਾ ਸੀ ਚਲੋ ਆਰ ਵੀਅਰਡ ਬਾਈ ਨਾਮਤਾਰੀ ਤਾਂ ਨਾਮਤਾਰੀ ਦੇ ਦੁਆਰਾ ਕਿਹੜੇ ਰੰਗ ਦੇ ਜਿਹੜੇ ਕੱਪੜੇ ਉਹ ਪਾਏ ਜਾਂਦੇ ਸੀ ਨਾਮਤਾਰੀ ਦੇ ਜਿਹੜੀ ਮੂਵਮੈਂਟ ਹੈ ਉਹਦੀ ਜੇ ਆਪਾਂ ਕਹੀਏ ਸੈਂਟਰ ਪੁਆਇੰਟ ਦੀ ਗੱਲ ਕਰੀ ਜਿਹੜੀ ਨਾਮਤਾਰੀਆਂ ਦੀ ਹੀ ਮੂਵਮੈਂਟ ਸੀਗੀ ਦੈਟ ਵਾਸ ਦਾ ਕੂਕਾ ਮੂਵਮੈਂਟ ਔਰ ਕੂਕਾ ਮੂਵਮੈਂਟ ਦੇ ਦੁਆਰਾ ਪਹਿਲਾ ਅਟੈਕ ਜਿਹੜਾ ਅੰਮ੍ਰਿਤਸਰ ਦੇ ਵਿੱਚ ਕੀਤਾ ਗਿਆ ਸੀਗਾ ਸਲੋਟਰ ਹਾਊਸ ਦੇ ਉੱਤੇ ਅਟੈਕ ਤੋ ਕੁਕੀ ਦੇ ਵਰ ਦਾ ਸੇਵੀਅਰ ਆਫ ਦਾ ਗੋ ਗੋ ਰਖਸ਼ਕ ਵੀ ਇਹਨਾਂ ਨੂੰ ਕਿਹਾ ਜਾਂਦਾ ਸੀਗਾ ਸਲੋਟਰ ਹਾਊਸ ਤੇ ਇਹਨਾਂ ਨੇ ਸਾਰਿਆਂ ਨੂੰ ਪਹਿਲਾਂ ਅੰਮ੍ਰਿਤਸਰ ਸਲੋਟਰ ਹਾਊਸ ਅੰਮ੍ਰਿਤਸਰ ਦਾ ਗੂਚੜਖਾਨਾ ਉਹਦੇ ਉੱਤੇ ਅਟੈਕ ਕੀਤਾ ਸੀਗਾ ਔਰ ਕੁੱਕਰ ਮੂਵਮੈਂਟ ਦਾ ਜਿਹੜਾ ਸੈਂਟਰ ਆ ਉਹ ਪੈਨੀ ਵਿਲੇਜ ਨੂੰ ਮੰਨਿਆ ਜਾਂਦਾ ਸੀ ਪੈਨੀ ਵਿਲੇਜ ਜਿਹੜਾ ਕੀ ਲੁਧਿਆਣੇ ਦੇ ਕੋਲ ਆ ਲੁਧਿਆਣੇ ਦੇ ਕੋਲ ਪੈਨੀ ਵਿਲੇਜ ਹੈ ਔਰ ਇੱਥੇ ਹੀ ਜਨਮ ਹੋਇਆ ਸੀਗਾ ਬਾਬਾ ਰਾਮ ਸਿੰਘ ਜੀ ਦਾ ਠੀਕ ਹੈ ਬਾਬਾ ਰਾਮ ਸਿੰਘ ਦਾ ਸਿੰਘ ਜੀ ਦਾ ਜਨਮ ਜਿਹੜਾ ਇੱਥੇ ਹੋਈ ਹੋਇਆ ਸੀ ਕਲੀਅਰ ਠੀਕ ਹੈ ਤੋਂ ਇਹਨਾਂ ਦਾ ਵਾਈਟ ਡਰੈਸ ਜਿਹੜੀ ਇਹਨਾਂ ਦੀ ਜਿਹੜੀ ਡਰੈਸ ਕੋਡ ਸੀਗਾ ਵਾਈਟ ਡਰੈਸ ਜਿਹੜੀ ਇਹਨਾਂ ਦੀ ਡਰੈਸ ਕੋਡ ਹੁੰਦੇ ਸੀ ਔਰ ਇਹਨਾਂ ਦੀ ਜਿਹੜੀ ਕੂਕਾ ਮੂਵਮੈਂਟ ਸੀਗੀ ਜਦੋਂ ਇਹ ਅਪਰੋਚ ਕਰਦੇ ਸੀ ਸਲੋਟਰ ਹਾਊਸ ਤੇ ਉਦੋਂ ਆਵਾਜ਼ਾਂ ਚੀਕਾਂ ਦੀਆਂ ਆਵਾਜ਼ਾਂ ਕੱਢਦੇ ਸੀ ਇਹ ਕੂਕਾ ਜਾਂ ਕਹਿੰਦੇ ਕੂਕਾ ਕੂਕਾ ਮਾਰਨੀ ਆ ਹਨਾ ਕੂਕਾ ਮਾਰਦੀਆਂ ਤੋਂ ਕੂਕਾ ਮਾਰਦੇ ਜਿਹੜਾ ਇਹ ਇਹਨਾਂ ਦਾ ਇੱਕ ਕਹਿ ਸਕਦੇ ਹਾਂ ਇੱਕ ਜਿਹੜੀ ਉਹ ਸਾਊਂਡ ਜਿਹੜੀ ਇਹ ਉਸ ਆਪਣੀ ਸਾਊਂਡ ਤੋਂ ਹੀ ਇਹ ਮਸ਼ਹੂਰ ਹੋ ਗਏ ਸੀ ਨਾਮ ਇਹਦਾ ਕੋਕਾ ਮੂਵਮੈਂਟ ਬਣ ਗਿਆ ਔਰ ਇਹਨਾਂ ਨੂੰ ਕੁੱਕੇ ਕਹਿਣ ਲੱਗ ਪਏ ਸਾਰੇ ਠੀਕ ਹੈ ਚਲੋ ਜੀ ਅਗਲੇ ਕੁਸ਼ਣ ਤੇ ਚੱਲਦੇ ਹਾਂ ਅਗਲਾ ਕੁਸ਼ਣ ਦੇਖਦੇ ਹਾਂ ਇਹ ਬਹੁਤ ਹੀ ਇੰਪੋਰਟੈਂਟ ਕੁਸ਼ਣ ਹੈ ਨਾਮ ਤਰੀ ਮੂਵਮੈਂਟ ਔਰ ਇਹਦੇ ਬਾਰੇ ਮੈਂ ਬੜੀ ਵਿਸਤਾਰ ਦੇ ਵਿੱਚ ਚਰਚਾ ਵੀ ਕਰਵਾਈ ਹੋਈ ਹੈ ਅਗਲੇ ਕੁਸ਼ਣ ਤੇ ਚੱਲਦੇ ਹਾਂ ਸਿੰਘ ਸਵਾ ਮੂਵਮੈਂਟ ਸਿੰਘ ਸਵਾ ਮੂਵਮੈਂਟ ਦੀ ਪਹਿਲੀ ਮੀਟਿੰਗ ਕਦੋਂ ਤੇ ਕਿੱਥੇ ਹੋਈ ਤਾਂ ਮੈਂ ਦੱਸ ਦੇਣਾ ਹੋਈ ਕਿੱਥੇ ਸਿੰਘ ਸਵਾ ਮੂਵਮੈਂਟ ਦੀ ਪਹਿਲੀ ਮੀਟਿੰਗ ਐ ਅੰਮ੍ਰਿਤਸਰ ਦੇ ਵਿੱਚ ਹੋਈ ਸੀ ਔਰ ਸਿੰਘ ਸਵਾ ਮੂਵਮੈਂਟ ਦਾ ਜਿਹੜਾ ਮੇਨ ਮੋਟਿਵ ਕੀ ਸੀਗਾ ਸਿੱਖ ਧਰਮ ਨੂੰ ਬਚਾਉਣਾ ਕਿਉਂਕਿ ਸਿੱਖ ਦੇ ਵਿੱਚ ਕਾਫੀ ਜ਼ਿਆਦਾ ਧਰਮ ਪਰਿਵਰਤਨ ਹੋ ਰਿਹਾ ਸੀਗਾ ਤੋਂ ਸਿੱਖ ਰਿਲੀਜੀਅਨ ਨੂੰ ਸਿੱਖ ਰਿਲੀਜੀਅਨ ਜਿਹੜਾ ਫੇਥ ਹੈਗਾ ਠੀਕ ਹੈ ਉਹਨੂੰ ਬਚਾਉਣਾ ਤੋਂ ਸਿੱਖ ਰਿਲੀਜੀਅਨ ਨੂੰ ਬਚਾਉਣਾ ਇੱਕ ਇਹਨਾਂ ਦਾ ਮੇਨ ਸਿੰਘ ਸਵਾ ਮੂਵਮੈਂਟ ਦਾ ਮੇਨ ਮੋਟਿਵ ਸੀਗਾ ਔਰ ਸਿੰਘ ਸਵਾ ਮੂਵਮੈਂਟ ਕਰਕੇ ਹੀ ਇਹਨਾਂ ਦੇ ਐਫਰਟਸ ਕਰਕੇ ਹੀ 1920 ਦੇ ਵਿੱਚ ਆਪਾਂ ਦੇਖਦੇ ਹਾਂ ਐਸ ਡੀ ਪੀ ਸੀ ਦਾ ਜਿਹੜਾ ਗਠਨ ਹੁੰਦਾ ਹੈ ਠੀਕ ਐ ਐਸਜੀਪੀਸੀ ਦਾ ਗਠਨ ਹੁੰਦਾ ਔਰ ਸਿੰਘ ਸਭਾ ਮੂਵਮੈਂਟ ਦੀ ਹੀ ਅੱਗੇ ਸਾਰੀ ਡਿਵੈਲਪਮੈਂਟ ਐਸਜੀਪੀਸੀ ਦਾ ਗਠਨ ਹੋ ਗਿਆ ਜਾਂ 1909 ਦਾ ਮੈਰਿਜ ਐਕਟ ਹੋ ਗਿਆ ਠੀਕ ਐ ਤਾਂ ਸਾਰੀ ਕਾਫੀ ਸਾਰੀਆਂ ਚੀਜ਼ਾਂ ਜਿਹੜੀਆਂ ਸਿੰਘ ਸਭਾ ਮੂਵਮੈਂਟ ਦੇ ਦੁਆਰਾ ਕੀਤੀਆਂ ਜਾਂਦੀਆਂ ਨੇ ਸਿੰਘ ਸਭਾ ਮੂਵਮੈਂਟ ਦੀ ਸ਼ੁਰੂਆਤੀ ਗੱਲ ਕਰੀਏ ਤਾਂ ਸ਼ੁਰੂਆਤ 1870 ਦੇ ਵਿੱਚ ਕੀ ਹੋ ਜਾਂਦੀ ਆ 1870 ਦੇ ਵਿੱਚ ਹੀ ਸ਼ੁਰੂਆਤ ਹੋ ਜਾਂਦੀ ਹੈ ਬਟ 1873 ਦੇ ਵਿੱਚ ਆਫੀਸ਼ੀਅਲ 1 ਅਕਤੂਬਰ ਬਹੁਤ ਵਧੀਆ 1 ਅਕਤੂਬਰ 1873 ਦੇ ਵਿੱਚ ਪਹਿਲੀ ਮੀਟਿੰਗ ਜਿਹੜੀ ਅੰਮ੍ਰਿਤਸਰ ਦੇ ਵਿੱਚ ਹੁੰਦੀ ਆ ਪਹਿਲੀ ਮੀਟਿੰਗ ਜਿਹੜੀ ਉਹ ਅੰਮ੍ਰਿਤਸਰ ਦੇ ਵਿੱਚ ਹੁੰਦੀ ਆ ਸਿੱਖ ਰਿਲੀਜੀਅਨ ਨੂੰ ਸਿੱਖ ਫੇਥ ਨੂੰ ਬਚਾਉਣਾ ਔਰ ਸਿੱਖ ਰਿਲੀਜੀਅਨ ਦਾ ਪਹਿਲਾ ਜਿਹੜਾ ਕਹਿ ਸਕਦੇ ਆ ਕਿ ਰਿਲੀਜੀਅਨ ਚੇਂਜ ਕਰਨ ਵਾਲਾ ਪਹਿਲਾ ਇਨਸੀਡੈਂਸ ਹੈ ਜਿਹੜਾ ਉਹ ਮਹਾਰਾਜਾ ਦਲੀਪ ਸਿੰਘ ਦਾ ਸੀਗਾ 1853 ਦੇ ਵਿੱਚ ਉਹਨਾਂ ਨੇ ਆਪਣਾ ਧਰਮ ਜਿਹੜਾ ਚੇਂਜ ਕਰ ਲਿਆ ਸੀਗਾ ਸੋ ਇਥੇ ਆਨਸਰ ਆਪਣੇ ਕੋਲ ਏ ਆਪਸ਼ਨ ਰਹੇਗਾ 1873 will be the correct answer absolutely correct ਅਵਤਾਰ ਸਿੰਘ ਨੇ 65 ਆਨਸਰ ਦਿੱਤਾ ਹੈ ਅਵਤਾਰ ਸਿੰਘ ਜੀ 65 ਆਨਸਰ ਤੁਹਾਡਾ ਗਲਤ ਆ ਕਲੀਅਰ ਤੁਹਾਨੂੰ ਅਗਲੇ ਕਵਿਸ਼ਨ ਤੇ ਚੱਲਦੇ ਆ ਪੋਇਟਰੀ ਅਗਰਬੱਤੀ ਅਗਰਬੱਤੀ ਨੂੰ 2014 ਦੇ ਵਿੱਚ ਸਹਿਤ ਅਕੈਡਮੀ ਅਵਾਰਡ ਮਿਲਿਆ ਸੀ 2014 ਦੇ ਵਿੱਚ ਸਹਿਤ ਅਕੈਡਮੀ ਅਵਾਰਡ ਮਿਲਿਆ ਸੀਗਾ ਰੀਸੈਂਟਲੀ ਆਪਾਂ ਗੱਲ ਕਰੀਏ 2000 21 ਵਾਲੀ ਗੱਲ ਕਰੀਏ ਤੋਂ ਇਹ ਜਿਹੜਾ ਅਵਾਰਡ ਹੈ ਜਿਹੜਾ 2014 ਦੇ ਵਿੱਚ ਇਹ ਅਵਾਰਡ ਮਿਲਿਆ ਸੀਗਾ 1955 ਦੇ ਅਵਾਰਡ ਦੀ ਗੱਲ ਕਰੀਏ ਭਾਈ ਵੀਰ ਸਿੰਘ ਔਰ 2021 ਦੇ ਅਵਾਰਡ ਦੀ ਗੱਲ ਕਰੀਏ ਤੋ ਇਹ 2021 ਦਾ ਅਵਾਰਡ ਜਿਹੜਾ ਮਿਲਿਆ ਕਿਸ ਪੋਇਟਰੀ ਨੂੰ ਮਿਲਿਆ ਹੋਇਆ that is ਹਾਂਜੀ ਕਿਸ ਪੋਇਟਰੀ ਨੂੰ ਮਿਲਿਆ ਹੋਇਆ ਹਾਂਜੀ ਕਿਸ ਪੋਇਟਰੀ ਨੂੰ 2021 ਦਾ ਅਵਾਰਡ ਮਿਲਿਆ ਔਰ ਇਵਨ 2020 ਦਾ ਜਿਹੜਾ ਅਵਾਰਡ ਅਵਾਰਡ ਹੈ ਉਹ ਵੀ ਇੰਪੋਰਟੈਂਟ ਹੈ ਕਿਉਂਕਿ ਉਹ ਗੁਰਦੇਵ ਸਿੰਘ ਰੂਪਾਨਾ ਜੀ ਨੂੰ ਮਿਲਿਆ ਸੀਗਾ ਔਰ ਬਾਅਦ ਵਿੱਚ ਉਹਨਾਂ ਦੀ ਡੈਥ ਹੋ ਗਈ ਹੈ ਨਾ 2020 ਦਾ ਸੋਰੀ ਅ ਗੁਰਦੇਵ ਸਿੰਘ ਰੂਪਾਨਾ ਨੂੰ ਮਿਲਿਆ ਸੀਗਾ 2020 ਦੇ ਵਿੱਚ ਆਮ ਖਾਸ ਕਰਕੇ ਆਮ ਖਾਸ indi ਜਿਹੜੀ ਸ਼ਾਰਟ ਸਟੋਰੀਸ ਹੈਗੀਆਂ ਉਹਦੇ ਕਰਕੇ ਮਿਲਿਆ ਸੀਗਾ 2021 ਦੇ ਵਿੱਚ ਰੀਸੈਂਟਲੀ ਹੀ ਮਿਲਿਆ ਬਹੁਤ ਵਾਰੀ ਮੈਂ ਕਰਵਾ ਚੁੱਕੇ ਹਾਂ 2021 ਦੇ ਵਿੱਚ ਅਵਾਰਡ ਹਾਂਜੀ ਸੂਲਨ ਦੀ ਸਲਨ ਤੇ ਦਾ ਜਿਹੜਾ ਅਵਾਰਡ ਉਹ ਮਿਲਿਆ ਸੀਗਾ ਬੁੱਕ ਸਰ ਸ਼ੁਭਮ ਬਤਰਾ ਜੀ ਸਾਰੀਆਂ ਚੀਜ਼ਾਂ ਕੰਪਲੀਟ ਕਰਾਂਗੇ ਡੋਂਟ ਵਰੀ ਠੀਕ ਹੈ 1955 ਦੇ ਵਿੱਚ ਭਾਈ ਵੀਰ ਸਿੰਘ ਨੂੰ ਜਿਹੜਾ ਮਿਲਿਆ ਸੀਗਾ ਮੇਰੇ ਸਈਆਂ ਜਿਉਂ ਕਰਕੇ ਮਿਲਿਆ ਸੀਗਾ ਮੇਰੇ ਸਈਆਂ ਜਿਉਂ ਹਰਗਰਬਤੀ 2014 ਦੇ ਵਿੱਚ ਮਿਲਦਾ ਇਹ ਮਿਲਦਾ ਜਸਵਿੰਦਰ ਸਾਹਿਬ ਨੂੰ ਤੋਂ ਜਸਵਿੰਦਰ ਜੀ ਨੂੰ ਇਹ ਅਵਾਰਡ ਮਿਲਦਾ ਅਗਰਬਤੀ ਅਗਰਬਤੀ ਇੱਕ ਪੋਇਟਰੀ ਆ ਜਿਹਦੇ ਕਰਕੇ ਇਹ ਅਵਾਰਡ ਮਿਲਦਾ ਠੀਕ ਹੈ ਸਹਿਤ ਅਕੈਡਮੀ ਅਵਾਰਡ 2014 ਦੇ ਵਿੱਚ ਮਿਲਿਆ ਸੀਗਾ ਸੂਲਾਂ ਦਾ ਸਲਮ ਜਾਂ ਸੂਲਾਂ ਦੀ ਸਲਮ ਤੋਂ ਉਹ ਇਹ ਅਵਾਰਡ 2021 ਦੇ ਵਿੱਚ ਮਿਲਿਆ ਇਹਦੇ ਰਾਈਟਰ ਕੌਣ ਸੀ ਮੁਸਲਿਮ ਰਾਈਟਰ ਸੀ ਸੂਲਾਂ ਦਾ ਸਲਮ ਤੋ ਆਹ ਮੁਸਲਿਮ ਰਾਈਟਰ ਸੀਗੇ ਉਹਨਾਂ ਨੂੰ ਜਿਹੇ ਅਵਾਰਡ ਮਿਲਿਆ ਹਾਂਜੀ ਪੰਜਾਬੀ ਵਿੱਚ ਲੈ ਕੇ ਆਇਆ ਕਰੋ ਸਰ ਜੀ ਕਰਨਦੀਪ ਬਰਾਰ ਜੀ ਬਿਲਕੁਲ ਠੀਕ ਚਾਰ ਰੱਖਾਂਗੇ ਅਗੇ ਤੋਂ ਬਾਅਦ ਪੰਜਾਬੀ ਵਿੱਚ ਐਡ ਕਰਿਆ ਕਰਾਂਗੇ ਠੀਕ ਹੈ ਅਗਲੇ ਕੁਐਸਚਨ ਤੇ ਚੱਲਦੇ ਹਾਂ ਅਗਲਾ ਕੁਐਸਚਨ ਆਪਣੇ ਕੋਲ ਕੀ ਹੈ ਅਗਲਾ ਕੁਐਸਚਨ ਆਪਣੇ ਕੋਲ ਹੈਗਾ ਅ ਵਿਚ ਵਨ ਆਫ ਦਾ ਫਾਲੋਇੰਗ ਇਜ਼ ਦਾ 뮤지컬 ਇਨਸਟਰੂਮੈਂਟ ਮੈਂ ਤੁਹਾਡੇ ਪੰਜਾਬੀ ਦੇ ਵਿੱਚ ਬੋਲ ਦਿੰਦਾ ਵੈਸੇ ਆਈ ਥਿੰਕ ਅੰਡਰਸਟੂਡ ਹੈਗਾ ਸਾਰਾ ਕੁਝ ਪਰ ਫਿਰ ਵੀ ਤੁਸੀਂ ਕਹਿੰਦੇ ਹੋ ਪੰਜਾਬੀ ਦੇ ਵਿੱਚ ਵੀ ਜਿਹੜਾ ਇਹਨੂੰ ਟਰਾਂਸਲੇਟ ਕਰ ਲਿਆ ਕਰਾਂਗੇ ਅ 뮤지컬 ਇਨਸਟਰੂਮੈਂਟ ਜਿਹੜਾ ਕੀ ਵੁਡਨ ਫਲੂਟਸ ਦੋ ਜਿਹੜੀ ਵੁਡਨ ਫਲੂਟਸ ਹੈਗੀਆਂ ਨੇ ਉਹਦੇ ਪੇਅਰ ਨਾਲ ਇਹਨੂੰ ਬਣਾਇਆ ਜਾਂਦਾ ਹੈ ਉਸ ਇਨਸਟਰੂਮੈਂਟ ਨੂੰ ਆਪਾਂ ਕੀ ਕਹਿੰਦੇ ਆ ਇਸ ਤਰ੍ਹਾਂ ਦੀਆਂ ਦੋ ਵੁਡਨ ਫਲੂਟਸ ਹੈ ਜਿਹੜੀਆਂ ਉਹ ਲੱਗੀਆਂ ਹੁੰਦੀਆਂ ਨੇ ਠੀਕ ਹੈ ਇਸ ਤਰ੍ਹਾਂ ਦੋ ਇਹਦਾ ਪੇਅਰ ਹੁੰਦਾ ਇਸ ਤਰ੍ਹਾਂ ਕਰਕੇ ਇਹ ਬਣਾਇਆ ਹੁੰਦਾ ਆਪਸ ਦੇ ਵਿੱਚ ਇੱਥੋਂ ਵੀ ਇਹ ਜੁੜੀਆਂ ਹੁੰਦੀਆਂ ਨੇ ਤੋ ਇਸ ਇਨਸਟਰੂਮੈਂਟ ਨੂੰ ਆਪਾਂ ਕੀ ਕਹਿੰਨੇ ਹਾਂਜੀ ਉਹ ਇਨਸਟਰੂਮੈਂਟ ਜਿਹੜਾ ਪੇਅਰ ਆਫ ਟੂ ਵੁੱਡਨ ਫਲੂਟਸ ਨਾਲ ਬਣਦਾ ਦੋ ਬਾਉਂਸਰੀਆਂ ਠੀਕ ਹੈ ਉਹ ਬਾਉਂਸਰੀਆਂ ਦਾ ਇਹ ਪੇਅਰ ਹੁੰਦਾ ਔਰ ਇਹ ਬਾਉਂਸਰੀਆਂ ਦਾ ਪੇਅਰ ਆਪਸ ਦੇ ਵਿੱਚ ਇਦਾਂ ਕਨੈਕਟਡ ਵੀ ਹੁੰਦਾ ਔਰ ਇਹਨੂੰ ਆਪਾਂ ਕਿਹੜਾ ਇਨਸਟਰੂਮੈਂਟ ਕਹਿੰਨੇ ਆ ਔਰ ਪੰਜਾਬੀ ਸੱਭਿਆਚਾਰ ਦੇ ਵਿੱਚ ਪੰਜਾਬ ਦੇ ਵਿੱਚ ਇਹ ਕਾਫੀ ਯੂਜ਼ ਹੋਣ ਵਾਲਾ ਇਨਸਟਰੂਮੈਂਟ ਹੈ ਹਾਂਜੀ ਕਾਫੀ سارے ਬੱਚਾ ਨੇ ਆਨਸਰ ਦਿੱਤਾ ਹੈ ਕੁਝ ਬੱਚਿਆਂ ਨੇ ਆਨਸਰ ਬੁਕchu ਦਿੱਤਾ ਬੁਕchu ਜਿਹੜਾ ਹੈਗਾ ਗਲਤ ਹੈ ਬੁਕchu ਨਹੀਂ ਆਨਸਰ ਹੈਗਾ ਇਹਦਾ ਆਨਸਰ ਹੈਗਾ ਅਲਗੋਜ਼ਾ ਅਲਗੋਜ਼ਾ ਇਜ਼ ਦਾ ਕਰੈਕਟ ਆਨਸਰ ਅਲਗੋਜ਼ਾ ਇਜ਼ ਦਾ ਇਨਸਟਰੂਮੈਂਟ ਜਿਹੜਾ ਕਿ ਦੋ ਵੁੱਡਨ ਫਲੂਟਸ ਦੇ ਪੇਅਰ ਨਾਲ ਬਣਿਆ ਹੁੰਦਾ ਵਾ ਓਕੇ ਟੂ ਵੁੱਡਨ ਫਲੂਟਸ ਦਾ ਜਿਹੜਾ ਪੇਅਰ ਹੈਗਾ ਦੈਟ ਇਜ਼ ਅਲਗੋਜ਼ਾ ਚਲੋ ਜੀ ਅਗਲੇ ਕੁਐਸਚਨ ਤੇ ਚੱਲਦੇ ਹਾਂ ਅਗਲਾ ਆਪਣੇ ਕੋਲ ਕੀ ਕੁਐਸਚਨ ਹੈ ਵਿਚ ਵਨ ਆਫ ਦਾ ਫੋਲੋਇੰਗ ਇਨਸਟਰੂਮੈਂਟ ਵਾਸ ਕ੍ਰੀਏਟਿਡ ਬਾਈ 10ਥ ਗੁਰੂ ਵਾਸ ਕ੍ਰੀਏਟਿਡ ਬਾਈ 10ਥ ਸਿੱਖ ਗੁਰੂ ਗੋਬਿੰਦ ਸਿੰਘ ਜੀ ਦੇ ਦੁਆਰਾ ਕਿਹੜਾ ਇਨਸਟਰੂਮੈਂਟ ਹੈ ਜਿਹੜਾ ਉਹ ਬਣਾਇਆ ਗਿਆ ਸੀ ਤੋਂ ਇਹ ਬਹੁਤ ਬਲਕੀ ਸੀਗਾ ਬਹੁਤ ਬਲਕੀ ਸੀਗਾ ਬਹੁਤ ਵੱਡਾ ਇਨਸਟਰੂਮੈਂਟ ਸੀਗਾ ਤੋਂ ਆਨਸਰ ਦੇਣਾ ਸਾਰਿਆਂ ਨੇ ਇਹ ਐਸਆਈ ਦੇ ਪੇਪਰ ਦੇ ਵਿੱਚ ਸਬ ਇੰਸਪੈਕਟਰ ਪੰਜਾਬ ਪੁਲਿਸ ਦੇ ਪੇਪਰ ਦੇ ਵਿੱਚ ਆਇਆ ਹੋਇਆ ਸਵਾਲ ਨੇ ਤਾਨ ਪੂਰਾ ਤਾਉਸ ਤਬਲਾ ਸਰੰਦਾ ताऊस बिल्कुल बिल्कुल जी ताऊस बिल्कुल करेक्ट आंसर है ताऊस इज द करेक्ट आंसर तो ताऊस इंस्ट्रूमेंट है जेड़ा गुरु गोबिंद सिंह जी दे द्वारा बनाया गया सी एक बल्कि इंस्ट्रूमेंट सीगा और जी आपा गल घ리에 नु बजाना बहुत औखा सीगा एंड गुरु जी दा हे फेवरेट इंस्ट्रूमेंट वी सीगा बी ऑप्शन इज द एब्सोल्युटली करेक्ट क्लियर ਕੋਲਜੀ ਅਗਲੇ ਕੁਐਸਚਨ ਤੇ ਚਲਦੇ ਹਾਂ ਤਾਉਜ਼ ਇਜ਼ ਦਾ ਕਰੈਕਟ ਆਨਸਰ ਅਗਲਾ ਕੁਐਸਚਨ ਆਪਣੇ ਕੋਲ ਹੈਗਾ ਵਿਚ ਵਨ ਆਫ ਦਾ ਫਾਲੋਇੰਗ 뮤지컬 ਇਨਸਟਰੂਮੈਂਟ ਇਜ਼ ਇਜ਼ ਐਨ ਇਨਵੈਂਸ਼ਨ ਆਫ ਦਾ ਭਾਰਤਮੁਨੀ ਭਾਰਤਮੁਨੀ ਇੱਕ ਭਾਰਤਮੁਨੀ ਇੱਕ ॠषि ਹੋਏ ਨੇ ਹਿੰਦੂਇਜ਼ਮ ਦੇ ਵਿੱਚ ਕਾਫੀ ਫੇਮਸ ॠषि ਸੀ ਹੀ ਵਾਸ ਦਾ ਫੇਮਸ ਸੇਂਟ ਫੇਮਸ ॠषि ਜਿਹਦਾ ਨਾਮ ਸੀ ਭਾਰਤਮੁਨੀ ਔਰ ਭਾਰਤਮੁਨੀ ਦਾ ਜਿਹੜਾ ਇਨਸਟਰੂਮੈਂਟ ਆ ਉਹ ਕਾਫੀ ਫੇਮਸ ਰਿਹਾ ਉਸ ਇਨਸਟਰੂਮੈਂਟ ਦਾ ਨਾਮ ਕੀ ਹੈ ਤਾ ਉਸ ਦੇਖੋ ਤਾ ਉਸ ਦਾ ਹੋ ਨਹੀਂ ਸਕਦਾ ਠੀਕ ਹੈ ਅੱਗੇ ਆਪਸ਼ਨ ਸਰੰਦਾ ਸਰੰਦਾ ਦੋ ਵਾਰੀ ਰਿਪੀਟ ਹੋ ਰਿਹਾ ਯਾਨੀ ਵੀ ਬੋਲੋਗੇ ਸੀ ਬੋਲੋਗੇ ਆਨਸਰ ਬਿਲਕੁਲ ਉਹੀ ਹੋਏਗਾ ਠੀਕ ਹੈ ਅੱਗੇ ਹੈਗਾ ਪੱਖਾ ਬਾਜ ਤਾਂ ਆਨਸਰ ਹੈਗਾ ਸਰੰਦਾ ਸਰੰਦਾ ਇਸ ਦਾ ਕਰੈਕਟ ਆਨਸਰ ਯਾਨੀ ਕਿ ਮੈਥੇ ਲਿਖ ਦੇਣਾ ਸਰੰਦਾ ਚਾਹੇ ਆਪਸ਼ਨ B ਬੋਲੋ ਚਾਹੇ C ਬੋਲੋ ਦੋਨੋਂ ਹੀ ਆਪਸ਼ਨ ਆ ਕਰੈਕਟ ਨੇ ਇਹਦਾ ਆਨਸਰ D ਨਹੀਂ ਹੈਗਾ ਪੱਖਾ ਬਾਜ ਨਹੀਂ ਸਰੰਦਾ ਇਸ ਦਾ ਕਰੈਕਟ ਆਨਸਰ ਪੱਖਾ ਬਾਜ ਨਹੀਂ ਹੈਗਾ ਸਰੰਦਾ ਜਿਹੜਾ ਆ ਆਪਣਾ ਕਰੈਕਟ ਆਨਸਰ ਹੈ। ਕਲੀਅਰ ਅਗਲੇ ਕੁਸ਼ਣ ਤੇ ਚੱਲੀਏ ਫਿਰ ਚਲੋ ਅਗਲੇ ਕੁਸ਼ਣ ਤੇ ਚੱਲਦੇ ਆ ਅਗਲਾ ਆਪਣੇ ਕੋਲ ਕੁਸ਼ਣ ਕੀ ਹੈਗਾ ਆ ਦਾ ਆਰਟ ਆਫ ਮਡ ਵਾਲ ਪੇਂਟਿੰਗਸ ਪ੍ਰੇਵਲੈਂਟ ਇਨ ਦਾ ਵਿਲੇजेस ਆਫ ਪੰਜਾਬ ਪੰਜਾਬ ਦੇ ਵਿੱਚ ਜਿਹੜਾ ਮਿੱਟੀ ਨਾਲ ਤੁਸੀਂ ਦੇਖਿਆ ਹੋਇਆਗਾ ਮਿੱਟੀ ਦੇ ਨਾਲ ਦੀਵਾਰਾਂ ਜਿਹੜੀਆਂ ਉਹ ਸਜਾਈਆਂ ਜਾਂਦੀਆਂ ਨੇ ਬੜੀ ਵਧੀਆ ਜਿਹੜੀ ਉੱਥੇ ਪੇਂਟਿੰਗ ਆ ਉਹ ਕੀਤੀ ਜਾਂਦੀ ਹੈ ਉਸ ਆਰਟ ਨੂੰ ਆਪਾਂ ਕੀ ਕਹਿੰਦੇ ਆ ਮਿੱਟੀ ਦੇ ਨਾਲ ਦੀਵਾਰਾਂ ਤੇ ਬੜੀ ਵਧੀਆ ਕਹਿ ਸਕਦੇ ਆ ਪੇਂਟਿੰਗ ਜਿਹੜੀਆਂ ਉਹ ਬਣਾਈਆਂ ਜਾਂਦੀਆਂ ਨੇ ਉਹਨੂੰ ਆਪਾਂ ਕੀ ਕਹਿੰਦੇ ਆ ਫੁਲਕਾਰੀ ਫੁਲਕਾਰੀ ਤਾਂ ਹੋ ਨਹੀਂ ਸਕਦਾ ਇਹ ਤਾਂ ਕੱਪੜਿਆਂ ਦੇ ਨਾਲ ਜਿਹੜਾ ਰਿਲੇਟਿਡ ਹੈਗਾ ਦੂਸਰਾ ਹੈਗਾ ਆਪਣੇ ਕੋਲ ਪੇਪਰ ਮੈਸ਼ੀ ਆਰਟ ਅਗਲਾ ਹੈਗਾ ਰੂਰਲ ਆਰਟ ਦੇਖੋ ਰੂਰਲ ਆਰਟ ਰੂਰਲ ਰੂਰਲ ਆਰਟ ਆ ਕਿਹਈ ਤਰ੍ਹਾਂ ਦੇ ਹੋ ਸਕਦੇ ਨੇ ਇਸ ਕੱਕੇ ਰੂਰਲ ਆਰਟ ਵੀ ਜਿਹੜਾ ਨਹੀਂ ਹੋ ਸਕਦਾ ਔਰ ਇੱਥੇ ਪੇਪਰ ਯੂਜ਼ ਕੀਤਾ ਜਾ ਰਿਹਾ ਪੇਪਰ ਮੈਸ਼ੀ ਆਰਟ ਤੋਂ ਬਾਈ ਆਪਸ਼ਨਸ ਕਰੀਏ ਤੇ ਆਪਣੀਆਂ ਬਾਕੀ ਆਪਸ਼ਨਸ ਹਰਿਆਂ ਉਹ ਹਟਦੀਆਂ ਨੇ ਉਹਨੂੰ ਕਹਿੰਦੇ ਚੋਕਪੂਰਨਾ ਚੋਕਪੂਰਨਾ ਜਿਹੜਾ ਇੱਕ ਜਿਹੜੀ ਵਾਲ ਪੇਂਟਿੰਗਸ ਹੈਗੀਆਂ ਪਿੰਡਾਂ ਦੇ ਵਿੱਚ ਉਹਨੂੰ ਇੱਕ ਡੈਕੋਰੇਟਿਵ ਲੁੱਕ ਜਿਹੜਾ ਦੇਣ ਵਾਸਤੇ ਯੂਜ਼ ਕੀਤਾ ਜਾਂਦਾ ਤੋਂ ਡੈਕੋਰੇਟਿਵ ਵਾਲਸ ਡੈਕੋਰੇਟਿਵ ਵਾਲਸ ਪਿੰਡਾਂ ਦੇ ਵਿੱਚ ਆਪਣੇ ਘਰਾਂ ਦੇ ਵਿੱਚ ਡਰਾਇੰਗ ਰੂਮਸ ਵਗੈਰਾ ਦੇ ਵਿੱਚ ਪੁਰਾਣੇ ਸਮੇਂ ਦੇ ਵਿੱਚ ਉਹ ਆਪਣੇ ਜਿਹੜੇ ਡਰਾਇੰਗ ਰੂਮ ਹੁੰਦੇ ਨੇ ਉਹਦੇ ਵਿੱਚ ਯੂਜ਼ ਕੀਤੀ ਜਾਂਦੀ ਸੀ ਤਾਂ ਠੀਕ ਹੈ ਬੈ ਖਾਨੇ ਹੋਗੇ ਡਰਾਇੰਗ ਰੂਮਸ ਹੋਗੇ ਇੱਥੇ ਆਪਾਂ ਯੂਜ਼ ਕਰਦੇ ਸੀ ਚੋਕਪੁਰਨਾ ਆੜ ਦਾ ਨਾਮ ਹੈ ਅਗਲਾ ਕੁਐਸਚਨ ਵਿਚ ਵਨ ਆਫ ਦਾ ਫੋਲੋਇੰਗ ਇਜ਼ ਨਾਟ ਐਨ ਇਜ਼ ਨਾਟ ਐਨ ਔਰਨਾਮੈਂਟ ਯੂਜ਼ਡ ਬਾਏ ਦਾ ਪੰਜਾਬੀ ਮੈਨ ਇਨ੍ਹਾਂ ਵਿੱਚੋਂ ਕਿਹੜਾ ਪੰਜਾਬੀ ਮੈਨ ਦਾ ornament ਨਹੀਂ ਹੈ ਸਰਪੇਸ਼ ਸਰਪੇਸ਼ ਨੂੰ ਸਰਪੀਚ ਵੀ ਕਹਿ ਦਿੰਦੇ ਆ ਠੀਕ ਹੈ ਸਰਪੀਚ ਵੀ ਕਹਿ ਦਿੰਦੇ ਆ ਬੜੀ ਜਗ੍ਹਾ ਤੁਹਾਨੂੰ ਸਰਪੇਸ਼ ਦੀ ਜਗ੍ਹਾ ਸਰਪੀਚ ਵੀ ਦੇਖ ਨੂੰ ਮਿਲਿਆ ਜਾ ਸਕਦਾ ਹੈ ਕਲੀਅਰ ਸੋ ਵਿਚ ਵਨ ਆਫ द ਫੋਲੋਇੰਗ ਇਸ ਨੋਟ ਐਨ ornaments यूज्ड बाय ਪੰਜਾਬੀ men ਸੋ ਸਰਪੀਚ ਇਸ ਸਿੱਧਾ ਇੱਕ ਤਰ੍ਹਾਂ ਦਾ ਤਾਜ ਹੁੰਦਾ ਔਰ ਇਹਦੇ ਵਿੱਚ ਸਰਪੀਚ ਜਿਹੜਾ ਇਹਦੇ ਦੋ ਹਿੱਸੇ ਹੁੰਦੇ ਨੇ ਔਰ ਇਹਦਾ ਜਿਹੜਾ ਨੀਚਲਾ ਹਿੱਸਾ ਉਹ ਇੱਕ ਫਲੈਟ ਹਿੱਸਾ ਹੁੰਦਾ ਹਾਰੀਜ਼ਨਟਲ ਹੁੰਦਾ ਉੱਪਰਲਾ ਜਿਹੜਾ ਹਿੱਸਾ ਉਹ ਥੋੜਾ ਜਿਹਾ ਵਰਟੀਕਲ ਹਿੱਸਾ ਹੁੰਦਾ ਐਵੇਂ ਦਾ ਹੁੰਦਾ ਸਰਪੀਚ ਆ ਜਿਹੜਾ ਹਿੱਸਾ ਜਿਹੜਾ ਪਾਕ ਤੇ ਲੱਗਦਾ ਇਹਦੇ ਵਿੱਚ ਨਾ ਪੇਚ ਲੱਗਿਆ ਹੁੰਦਾ ਜਿਸ ਕਰਕੇ ਇਹਦਾ ਨਾਮ ਹੈ ਸਰਪੀਚ ਦਿੱਤਾ ਹੋਇਆ ਇਹ ਮੈਨ ਦਾ ਇਨਸਟਰੂਮੈਂਟ ਹੈ ਦੈਟਸ ਇਟ ਕਲੀਅਰ ਆ ਮੈਨ ਇਨਸਟਰੂਮੈਂਟ ਹੈ ਗੋਕਰੂ ਗੋਕਰੂ ਕਹਿੰਦੇ ਨੇ ਆ ਕੜੇ ਨੂੰ ਠੀਕ ਹੈ ਕੜਾ ਇੱਕ ਗੋਲਾਕਾਰ ਦੇ ਸ਼ੇਪ ਦੇ ਵਿੱਚ ਹੁੰਦਾ ਜਿਹਨੂੰ ਆਪਾਂ ਗੋਕਰੂ ਕਹਿ ਦਿੰਦੇ ਆ ਇਹ ਵੀ ਮੈਂਦਾ ਇੰਸਟਰੂਮੈਂਟ ਹੈ ਤਕਤੀ ਤਕਤੀ ਵੀ ਮੈਂਦਾ ਇੰਸਟਰੂਮੈਂਟ ਹੈ ਇਹ ਗੱਲ ਦੇ ਵਿੱਚ ਪਾਈ ਜਾਂਦੀ ਹੈ ਤਕਤੀ ਠੀਕ ਹੈ ਥੋੜੀ ਜੀ ਗੱਲ ਦਾ ਇੰਸਟਰੂਮੈਂਟ ਹੈ ਔਰ ਇਹਦੇ ਵਿੱਚ ਕੀ ਹੈ ਐਵੇਂ ਕਰਕੇ ਇੱਕ ਤਕਤੀ ਜੀ ਲੱਗੀ ਹੁੰਦੀ ਆ ਠੀਕ ਹੈ ਉਹਦੇ ਉੱਤੇ ਕੁਛ ਨਾ ਕੁਛ ਲਿਖਿਆ ਹੋ ਰਿਹਾ ਹੁੰਦਾ ਕੁਛ ਨਾ ਕੁਛ ਇਹਨੂੰ ਆਪਾਂ ਤਕਤੀ ਕਹਿੰਦੇ ਆ ਇਹ ਵੀ ਮੈਂਦਾ ਇੰਸਟਰੂਮੈਂਟ ਹੈ ਤੇਰਾ ਲੌਂਗ ਮਾਰੇ ਲਿਸ਼ਕਾਰੇ ਤੇ ਇਹ ਕਿੱਥੋਂ ਦਾ ਆ ਗਿਆ ਵੂਮਨ ਇੰਸਟਰੂਮੈਂਟ ਠੀਕ ਹੈ ਔਰ ਊਮਨ ਔਰਨਾਮੈਂਟ ਦਸਰੀ ਕਾਲ ਸੰਜੀਵ ਕੁਮਾਰ ਜੀ ਸਰਪੇਸ਼ ਤੇ ਕਲ ਕੀ ਦੋਵੇਂ ਡਿਫਰੈਂਟ ਡਿਫਰੈਂਟ ਨਹੀਂ ਕਲੀਅਰ ਕਿਹੜਾ ਨੁਕਸਾਨ ਹੋ ਗਿਆ ਪਠਾਨੀਆਂ ਸਾਦਾ ਚਲੋ ਜੀ ਅਗਲੇ ਕੁਐਸਚਨ ਤੇ ਚੱਲਦੇ ਆ ਅਗਲਾ ਆਪਣੇ ਕੋਲ ਕੁਐਸਚਨ ਕੀ ਹੈ ਰੋਸ਼ਨੀ ਫੇਅਰ ਜਿਹੜਾ ਕਿ ਜਗਰੌਣ ਦੇ ਵਿੱਚ ਲੱਗਦਾ ਹੈ ਰੋਸ਼ਨੀ ਮੇਲਾ ਔਰ ਰੋਸ਼ਨੀ ਮੇਲਾ ਮੁਸਲਿਮ ਪੀਰ ਦੀ ਦਰਗਾਹ ਦੇ ਵਿੱਚ ਲੱਗਦਾ ਹੈ ਉਹਨਾਂ ਦੇ ਆਨਰ ਦੇ ਵਿੱਚ ਉਹਨਾਂ ਨੂੰ ਕਮੈਮੋਰੇਟ ਕਰਨ ਦੇ ਵਿੱਚ ਉਹਨਾਂ ਦੇ ਸਨਮਾਨ ਦੇ ਵਿੱਚ ਇਹ ਮੇਲਾ ਜਿਹੜਾ ਲੁਧਿਆਣਾ ਕੋਲੇ ਜਗ੍ਹਾ ਜਗਰੋਂ ਉੱਥੇ ਇਹ ਮੇਲਾ ਜਿਹੜਾ ਲੱਗਦਾ ਤਿੰਨ ਦਿਨ ਦਾ ਮੇਲਾ ਚੱਲਦਾ ਔਰ ਇਹਦੇ ਵਿੱਚ ਕੈਂਡਲਸ ਜਿਹੜੀਆਂ ਹੈਗੀਆਂ ਨੇ ਕੈਂਡਲਸ ਜਿਹੜੀਆਂ ਹੈਗੀਆਂ ਨੇ ਉਹ ਲਾਈਟ ਅਪ ਕੀਤੀਆਂ ਜਾਂਦੀਆਂ ਕੈਂਡਲਸ ਜਿਹੜੀਆਂ ਉਹਦੀ ਰੋਸ਼ਨੀ ਜਿਹੜੀ ਕੀਤੀ ਜਾਂਦੀ ਹੈ ਲਾਈਟਿੰਗ ਬੇਸਿਕਲੀ ਇਹ ਲਾਈਟਿੰਗ ਮੇਲਾ ਅੱਛੀ ਤਰ੍ਹਾਂ ਲਾਈਟਨਿੰਗ ਹੈ ਜਿਹੜੀ ਪੂਰੀ ਦਰਗਾਹ ਦੀ ਕੀਤੀ ਜਾਂਦੀ ਹੈ ਉਹ ਦਰਗਾਹ ਕਿਹੜੇ ਮੁਸਲਿਮ ਪੀਰ ਦੀ ਹੈ অপਸ਼ਨਸ ਆਪਣੇ ਕੋਲ ਸ਼ੇਖ ਅਹਿਮਦ ਫਾਰੂਕੀ ਸਰਹਿੰਦੀ ਅਬਦੁਲ ਕਾਦਰ ਜਲਾਨੀ ਗੁਗਾ ਪੀਰ ਜਾਂ ਨਨੋਤਾਬੋ ਬੜੇ سارے ਬੱਚਾ ਨੇ ਗੁਗਾ ਪੀਰ ਆਨਸਰ ਦੇਖੋ ਗੁਗਾ ਪੀਰ ਆਨਸਰ ਨਹੀਂ ਹੈਗਾ ਠੀਕ ਹੈ ਗੁਗਾ ਪੀਰ ਦੀ ਜੇ ਕਹਾਣੀ ਗੱਲ ਕਰੀਏ ਗੁਗਾ ਨੋਮੀ ਨਾਲ ਜੁੜਦੀ ਆ ਔਰ ਗੁਗਾ ਪੀਰ ਦਾ ਜਿਹੜਾ ਗੁਗਾ ਨੂਮੀ ਨਾਲ ਜਿਹੜਾ ਮੇਲਾ ਜਿਹੜਾ ਗੁਗਾ ਨੂਮੀ ਦਾ ਕਹਿ ਦਿੰਦੇ ਆ ਜਾਂ ਕਹਿ ਦਿੰਦੇ ਆ ਇੱਕ ਸਪੈਸ਼ਲ ਦਿਨ ਹੈ ਜਿਹੜਾ ਉਹ ਮਨਾਇਆ ਜਾਂਦਾ ਉਹ ਉਹ ਗੁਗਾ ਨੂਮੀ ਆ ਕਲੀਅਰ ਔਰ ਗੁਗਾ ਪੀਰ ਜਿਹੜੇ ਹੈਗੇ ਇਹ ਇਹਨਾਂ ਨੂੰ ਮਹਾਰਤ ਸੀ ਕਿ ਜਿਹੜੇ ਜਿਨ੍ਹਾਂ ਨੂੰ ਸੱਪ ਜਿਹੜੇ ਡੱਸ ਲੈਂਦੇ ਸੀਗੇ ਉਹਨਾਂ ਦਾ ਇਲਾਜ ਕਰਨ ਦੇ ਵਿੱਚ ਇਹਨਾਂ ਦੀ ਮਹਾਰਤ ਸੀ ਕਲੀਅਰ ਤੋਂ ਗੁਗਾ ਪੀਰ ਤੋਂ ਜਿਹਨੂੰ ਸਨੇਕ ਬਾਈਟ ਹੋਇਆ ਹੋਇਆ ਉੱਥੇ ਜਾ ਕੇ ਮੱਥਾ ਵੀ ਟੇਕਿਆ ਜਾਂਦਾ ਔਰ ਗੁਗਾ ਨੂਮੀ ਨੂੰ ਜਿਹੜੀ ਆ ਸੱਪਾਂ ਦੀ ਪੂਜਾ ਜਿਹੜੀ ਕੀਤੀ ਜਾਂਦੀ ਆ ਉਹ ਸਾਡੇ ਪੰਜਾਬ ਦਾ ਕਲਚਰ ਹੀ ਆ ਕਿ ਇੱਥੇ ਅ ਜਿਹੜੀ ਪੂਜਾ ਜਿਹੜੀ ਉਹ ਆਪਾਂ ਜੇ ਐਨੀਮਲਸ ਦੀ ਗੱਲ ਕਰੀਏ ਉਹ ਐਨੀਮਲਸ ਦੀ ਪੂਜਾ ਆਪਾਂ ਕਰਦੇ ਆ ਇਵਨ ਇਹ ਰੈਪਟਾਈਲਸ ਦੀ ਗੱਲ ਕਰੀਏ ਉਹਦੀ ਪੂਜਾ ਵੀ ਜਿਹੜੀ ਇੱਥੇ ਹੁੰਦੀ ਹੈ ਠੀਕ ਹੈ ਤੋਂ ਇਹ ਮੇਲਾ ਜਿਹੜਾ ਫੱਗਣ ਦੇ ਵਿੱਚ ਆਉਣ ਵਾਲਾ ਮੇਲਾ ਦੈਟ ਇਜ਼ ਅਬਦੁਲ ਕਦਰ ਕਾਦਰ ਜਲਾਨੀ ਇਹਨਾਂ ਦੀ ਯਾਦ ਦੇ ਵਿੱਚ ਮੈਮੋਰੀਏਟ ਕੀਤਾ ਜਾਂਦਾ 3 ਡੇ ਦਾ ਇਹ ਰੋਸ਼ਨੀ ਫੇਰ ਹੁੰਦਾ ਔਰ ਇੱਥੇ ਰਿਲੇਟਿਡ ਟੂ ਦਾ ਲਾਈਟਨਿੰਗ ਆਫ ਦਾ ਕੈਂਡਲ ਸਾਰੇ ਜਿਹੜੀਆਂ ਮੋਮਬਤੀਆਂ ਜਾ ਕੇ ਉੱਥੇ ਜਗਾਉਂਦੇ ਨੇ ਜਗਰੋਂ ਦੇ ਵਿੱਚ ਹੁੰਦਾ ਤੋ ਜਗ ਜਗ ਕਰਦਾ ਜਗਰੋਂ ਰੋਸ਼ਨੀ ਫੇਰ ਵਾਲੇ ਦਿਨ ਔਰ ਇਹ ਕਿੱਥੇ ਜ ਲੁਧਿਆਣੇ ਕਲੀਅਰ ਉਹ ਚਪਾਰ ਦਾ ਮਿਲਾਂ ਹੁੰਦਾ ਗੁੱਗਾ ਪੀਰ ਵਾਲਾ ਚਪਾਰ ਦਾ ਮਿਲ ਜੀ ਬਿਲਕੁਲ ਰੁਖਸਾਰਮਨ ਚਲੋ ਅਗਲੇ ਕੁਸ਼ਨ ਤੇ ਚੱਲਦੇ ਆ ਠੀਕ ਹੈ ਰੋਸ਼ਨੀ ਕੈਂਡਲਸ ਜਲਾਓ ਤੋ ਯਾਦ ਹੋ ਜਾਏਗਾ ਬੜਾ ਈਜ਼ੀਲੀ ਔਰ ਜਗ ਜਗ ਕਰਦਾ ਜਗਰੋਂ ਇਸ ਵਰਡ ਨੂੰ ਯਾਦ ਕਰ ਲਿਓ ਜਗਮਗ ਕਰਦਾ ਜਗਰੋਂ ਜਗਮਗ ਕਰਦਾ ਨੋਟ ਜਗ ਜਗ ਜਗਮਗ ਕਰਦਾ ਜਗਰਾਉ ਇਸ ਇਸ ਚੀਜ਼ ਨੂੰ ਯਾਦ ਕਰ ਲਿਓ ਤਾਂ ਤੁਸੀਂ ਜਦੋਂ ਜਗਰਾਉ ਦਾ ਨਾਮ ਆਏਗਾ ਤੁਹਾਨੂੰ ਆਪਣੇ ਆਪ ਰੋਸ਼ਨੀ ਫੇਰ ਜਾਦਾ ਆ ਜਾਏਗਾ ਰੋਸ਼ਨੀ ਫੇਰ ਜਦੋਂ ਯਾਦ ਆਏਗਾ ਉੱਥੇ ਜਲਾਈਆਂ ਜਾਂਦੀਆਂ ਨੇ ਕੀ ਜਲ ਕੀ ਜਲਾਉਂਦੇ ਆਂ ਹੀ ਤੋਂ ਕੈਂਡਲਸ ਜਿਹੜੀਆਂ ਉਹ ਜਲਾਈ ਜਾਂਦੀ ਆ ਜਲਾਈ ਤੋਂ ਜਲਾਨੀ ਸਾਹਿਬ ਦੇ ਨਾਮ ਨਾਲ ਤੁਸੀਂ ਰਿਲੇਟ ਕਰਕੇ ਨੂੰ ਯਾਦ ਕਰ ਲੈਂਦਾ ਕਦੀ ਵੀ ਜ਼ਿੰਦਗੀ ਦੇ ਵਿੱਚ ਭੁੱਲ ਨਹੀਂ ਹੋਏਗੀ ਰੋਸ਼ਨੀ ਫੇਅਰ ਨੂੰ ਲੈ ਕੇ ਰੋਸ਼ਨੀ ਫੇਅਰ ਜਗਰਾਉ ਲੁਧਿਆਣੇ ਕੋਲ ਆ ਤਿੰਨ ਦਿਨ ਦਾ ਇਹ ਮੇਲਾ ਹੁੰਦਾ 3 ਡੀ ਫੇਅਰ ਹੈ ਔਰ ਕੈਂਡਲਸ ਔਰ ਜਲਾਈ ਜਾਂਦੀਆਂ ਨੇ ਤੋਂ ਜਲਾਨੀ ਸਾਹਿਬ ਦਾ ਤੋਂ ਕਦਰ ਜਲਾਨੀ ਜਿਹੜਾ ਨਾਮ ਤੁਸੀਂ ਯਾਦ ਰੱਖੋਗੇ ਅਗਲੇ ਕੁਐਸਚਨ ਤੇ ਚੱਲਦੇ ਆ। 3rd ਰੋਜ਼ ਨੂੰ ਲੱਗਦਾ ਓਕੇ 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 ਰੁਖਸਾਰ ਮਾਨ ਬਹੁਤ ਵਧੀਆ। ਅਗਲੇ ਕੁਐਸਚਨ ਤੇ ਚੱਲਦੇ ਆ। ਵਿਚ ਵਨ ਆਫ ਦਾ ਫੋਲੋਇੰਗ ਫੈਸਟੀਵਲ ਇਜ਼ ਸੈਲੀਬ੍ਰੇਟਿਡ ਟੂ ਕਮੇਮੋਰੇਟ ਦਾ ਇਸਟੈਬਲਿਸ਼ਮੈਂਟ ਆਫ ਦਾ ਖਾਲਸਾ ਬਾਈ ਗੁਰੂ ਗੋਬਿੰਦ ਸਿੰਘ ਜੀ। ਗੁਰੂ ਗੋਬਿੰਦ ਸਿੰਘ ਜੀ ਦੇ ਦੁਆਰਾ ਖਾਲਸਾ ਪੰਥ ਦੀ ਸਥਾਪਨਾ 30 ਮਾਰਚ 30 ਮਾਰਚ 1699 ਨੂੰ ਕੀਤੀ ਗਈ ਸੀ। 30 ਮਾਰਚ 1699 ਨੂੰ ਉਦੋਂ ਕਿਹੜਾ ਦਿਨ ਸੀਗਾ ਜਿਹੜਾ ਖਾਲਸਾ ਪੰਥ ਦੀ ਸਥਾਪਨਾ ਕੀਤੀ ਗਈ? ਤੋ অপਸ਼ਨ ਤੁਹਾਡੇ ਕੋਲ ਹੈ বসੰਤ ਪੰਚਮੀ ਹੋਲਾ ਮੁਹੱਲਾ ਵਿਸਾਖੀ ਗੁਰਪੁਰ। ਤੋ ਸਾਰੇ ਅੱਜ ਦਿਨ ਹੈਗਾ ਵਿਸਾਖੀ ਦਾ। ਉਹ ਤੁਸੀਂ ਇਹ ਨਹੀਂ ਕਹਿ ਰਹੇ ਸਰ ਵਿਸਾਖੀ ਤਾਂ ਜਿਹੜੀ ਆ ਉਹ 13 ਮਾਰਚ ਦੀ ਹੁੰਦੀ ਆ ਤੇ ਫੇਰ ਆਪਾਂ ਐਵੇਂ ਕਿਉਂ ਕਰਦੇ ਆ ਇਹ ਆਪਾਂ 30 ਮਾਰਚ ਨੂੰ ਉਹਦੋਂ ਕਿਉਂਕਿ ਉਹਦੋਂ ਜਿਹੜਾ ਮੇਲਾ ਵਿਸਾਖੀ ਦਾ ਉਹ ਵਿਸਾਖ ਦਾ ਮੇਲਾ ਜਿਹੜਾ ਉਹ 30 ਮਾਰਚ ਨੂੰ ਆਇਆ ਸੀਗਾ। ਠੀਕ ਹੈ। ਔਰ ਇੱਕ ਹੋਰ ਚੀਜ਼ ਮੈਂ ਇਹਦੇ ਵਿੱਚ ਐਡ-ਆਨ ਕਰ ਦਿੰਦਾ। ਇਤਿਹਾਸ ਦਾ ਅੰਤਰ ਆਪਣਾ ਵਜਾਖੀ ਆ ਜਾਏਗਾ ਫਿਰ ਆਪਾਂ ਹੋਲਾ ਮੁਹੱਲਾ ਕਿਉਂ ਮਨਾਣੇ ਹਾਂ ਤਾਂ ਬਹੁਤ ਸਾਰੇ ਬੱਚੇ ਕਨਫਿਊਜ਼ ਰਹਿੰਦੇ ਆ ਕਿ ਖਾਲਸਾ ਦਾ ਸ਼ਾਇਦ ਕੁਝ ਹੋ ਹੋਲਾ ਮੁਹੱਲਾ ਨਾਲ ਲੈਣਾ ਦੇਣਾ ਹੈ ਜੀ ਬਿਲਕੁਲ ਹਾਂ ਲੈਣਾ ਦੇਣਾ ਹੈ ਤੋਂ ਖਾਲਸਾ ਦਾ ਹੋਲਾ ਮੁਹੱਲਾ ਨਾਲ ਕੀ ਲੈਣਾ ਦੇਣਾ ਹੈ ਤੋਂ ਖਾਲਸਾ ਖਾਲਸਾ ਇਸਟੈਬਲਿਸ਼ਮੈਂਟ ਤੋਂ ਬਾਅਦ ਖਾਲਸਾ ਦੇ ਦੁਆਰਾ ਆਪਣੇ ਸ਼ਸਤਰਾਂ ਦੀ ਆਪਣੇ ਵੈਪਨਸ ਦੀ ਜਿਹੜੀ ਪ੍ਰਦਰਸ਼ਨੀਆ ਜਿਹੜੀ ਉਹ ਹੱਲਾ ਮੁਹੱਲਾ ਵਾਲੇ ਦਿਨ ਜਿਹੜੀ ਉਹ ਲਗਾਈ ਜਾਂਦੀ ਹੈ ਤੇ ਗੁਰੂ ਸਾਹਿਬਾਨ ਗੁਰੂ ਗੋਬਿੰਦ ਸਿੰਘ ਜੀ ਨੇ ਹੀ ਇਹ ਵੀ ਜਿਹੜਾ ਅਨੰਦਪੁਰ ਸਾਹਿਬ ਵਿਖੇ ਹੱਲਾ ਮੁਹੱਲਾ ਜਿਹੜਾ ਅਰੇਂਜ ਕਰਵਾਇਆ ਸੀਗਾ ਜਿਹਦੇ ਵਿੱਚ ਆਪਣਾ ਜੋਹਰ ਜਿਹੜਾ ਵੈਪਨਸ ਨੂੰ ਪ੍ਰਦਰਸ਼ਨ ਕਰਨਾ ਆਪਣੀ ਸ਼ਕਤੀ ਪ੍ਰਦਰਸ਼ਨ ਕਹਿ ਸਕਦੇ ਆ ਸ਼ਕਤੀ ਪ੍ਰਦਰਸ਼ਨ ਕਰਨਾ ਜਿੱਥੇ ਮੇਲਾ ਹੁੰਦਾ ਖੇਡਾਂ ਹੁੰਦੀਆਂ ਨੇ ਬਹੁਤ ਕੁਝ ਜਿਹੜਾ ਇਸ ਮੇਲੇ ਦੇ ਵਿੱਚ ਹੁੰਦਾ ਹੈ ਕਲੀਅਰ ਔਰ ਇਹਦੇ ਵਿੱਚ ਜਿਹੜਾ ਸਿੱਖ ਮਾਰਸ਼ਲ ਆਰਟ ਹੈ ਉਹਦੀ ਰਿਪਰੈਜ਼ੈਂਟੇਸ਼ਨ ਹੁੰਦੀ ਆ ਹੱਲਾ ਮੁਹੱਲਾ ਦੇ ਵਿੱਚ ਸਿੱਖ ਮਾਰਸ਼ਲ ਆਰਟ ਠੀਕ ਹੈ ਉਹਨਾਂ ਵਿਸਾਖੀ ਦੇ ਵਿੱਚ ਵੀ ਬਹੁਤ ਜਗ੍ਹਾ ਮੇਲੇ ਲੱਗਦੇ ਨੇ ਔਰ ਇੱਥੇ ਵੀ ਜਿਹੜਾ ਸਿੱਖ ਮਾਰਸ਼ਲ ਆਰਟ ਹੈ ਜਿਹੜਾ ਰਿਪਰੈਜ਼ੈਂਟ ਕੀਤਾ ਜਾਂਦਾ ਬਟ ਸਪੈਸ਼ਲੀ ਸਪੈਸ਼ਲੀ ਜਿਹੜਾ ਹੋਲਾ ਹੋਲਾ ਉਹਨੂੰ ਆਪਾਂ ਸਿੱਖ ਮਾਰਸ਼ਲ ਆਰਟ ਦੇ ਨਾਲ ਆਪਾਂ ਰਿਪਰੈਜ਼ੈਂਟ ਕਰਾਂਗੇ ਬਟ ਕਿਉਂਕਿ ਉਦੋਂ ਪ੍ਰਦਰਸ਼ਨੀ ਕੀਤੀ ਜਾਂਦੀ ਹੈ ਬਟ ਵਿਸਾਖੀ ਦਾ ਮੇਲਾ ਜਿਹੜਾ ਉਹ ਗੁਰਗੋਬਿੰਦ ਸਿੰਘ ਜੀ ਦੇ ਦੁਆਰਾ ਵਿਸਾਖੀ ਵਾਲੇ ਦਿਨ 30 ਮਾਰਚ 1699 ਨੂੰ 1699 ਨੂੰ ਖਾਲਸਾ ਪੰਥ ਦੀ ਸਥਾਪਨਾ ਕੀਤੀ ਗਈ ਸੀ 1699 ਤੋਂ ਬਾਅਦ ਹੋਣ ਵਾਲੀਆਂ ਜਿਹੜੀਆਂ ਲੜਾਈਆਂ ਗੁਰੂ ਗੋਬਿੰਦ ਸਿੰਘ ਜੀ ਨੇ ਟੋਟਲ 13 ਲੜਾਈਆਂ ਲੜੀਆਂ ਸੀ 13 ਵਾਰਸ ਵਰ देयर 1699 ਤੋਂ ਬਾਅਦ ਲੜਨ ਵਾਲੀਆਂ ਲੜਾਈਆਂ ਉਹਨਾਂ ਨੂੰ ਆਪਾਂ ਕਹਿੰਦੇ ਆ ਪੋਸਟ ਖਾਲਸਾ ਬੈਟਲਸ ਠੀਕ ਹੈ ਪੋਸਟ ਖਾਲਸਾ ਬੈਟਲਸ ਔਰ ਜਿਹੜੀ ਪਹਿਲਾਂ ਹੋਈਆਂ ਉਹਨਾਂ ਨੂੰ ਆਪਾਂ ਕਹਿ ਦਿੰਦੇ ਆ ਪ੍ਰੀ ਖਾਲਸਾ ਬੈਟਲਸ ਔਰ ਪਹਿਲੇ ਦੇ ਵਿੱਚ ਸਾਰਿਆਂ ਨੂੰ ਪਹਿਲੀ ਲੜਾਈ ਹੈ ਉਹ 1688 ਦੇ ਵਿੱਚ ਜਿਹੜੀ ਹੋਈ ਸੀਗੀ ਮੇਨ ਲੜਾਈ ਜਿਹਨੂੰ ਆਪਾਂ ਕਹਿ ਦਿੰਦੇ ਆ ਪੰਗਣੀ ਦੀ ਲੜਾਈ ਠੀਕ ਹੈ ਚਲੋ ਜੀ ਅਗਲੇ ਕੁਐਸਚਨ ਤੇ ਚੱਲਦੇ ਆਂ ਚਲੋ ਜੀ ਅਗਲਾ ਕੁਐਸਚਨ ਜਲਦੀ ਜਲਦੀ ਚੱਲਦੀ ਜਲਦੀ ਜਲਦੀ ਅਗਲਾ ਕੁਐਸਚਨ ਤੇ ਆਪਾਂ ਤੁਰਦੇ ਆਂ ਰੂਰਲ 올림픽ਸ ਆਹ ਜਿਹੜੀਆਂ ਖੇਡਾਂ ਹੈ ਕਿ ਜਿਹਦੇ ਤੇ ਬੁੱਲਕ ਕਾਰਟ ਰੇਸਿੰਗ ਵਗੈਰਾ ਉਹ ਹੁੰਦੀ ਆ ਇਹਨੂੰ ਆਪਾਂ ਪਿੰਡੂ ਖੇਡਾਂ ਵੀ ਕਹਿ ਦਿੰਨੇ ਆ ਠੀਕ ਹੈ ਬੁੱਲਕ ਕਾਰਟ ਰੇਸਿੰਗ ਹੁੰਦੀ ਆ ਕਾਟ ਰੇਸਿੰਗ ਠੀਕ ਹੈ ਪਿੰਡੂ ਖੇਡਾਂ ਕਹਿ ਦਿੰਨੇ ਆ ਇਹਦੇ ਵਿੱਚ ਕੁਸ਼ਤੀ ਵਗੈਰਾ ਵੀ ਹੁੰਦੀ ਆ ਕਬੱਡੀ ਦੀਆਂ ਖੇਡਾਂ ਵੀ ਚੱਲ ਪੈਂਦੀਆਂ ਨੇ ਤੋ ਇਹ ਇੱਕ ਤਰ੍ਹਾਂ ਦੀ 올림픽ਸ ਆ ਪਿੰਡ ਪਿੰਡੂ ਖੇਡਾਂ ਨੇ ਔਰ ਪਿੰਡੂ 올림픽 ਜਿਹੜੀਆਂ ਹੁੰਦੀਆਂ ਨੇ ਉਹ ਇਹ ਪਿੰਡੂ 올림픽 ਆ ਤੋ ਇਹ ਬਹੁਤ ਫੇਮਸ ਆ ਇਵਨ ਬਾਹਰਲੇ ਦੇਸ਼ਾਂ ਦੇ ਵਿੱਚ ਵੀ ਜਿਹੜੀ ਬਹੁਤ ਜ਼ਿਆਦਾ ਫੇਮਸ ਆ ਕਿ ਹਾਂ ਜੀ ਲੁਧਿਆਣਾ ਇੱਕ ਜਗ੍ਹਾ ਵਸਦੀ ਆ ਲੁਧਿਆਣੇ ਕੋਲ ਇੱਕ ਜਗ੍ਹਾ ਹੈਗੀ ਐ ਜਿਹਨੂੰ ਆਪਾਂ ਕਹਿ ਦਿੰਨੇ ਆ ਕਿਲਾ ਰਾਏਪੁਰ ਇਨੂੰ ਕਿਲਾ रायपुर ਦੀਆਂ ਖੇਡਾਂ ਵੀ ਕਹਿ ਦਿੰਦੇ ਆ ਤੋ ਕਿਲਾ रायपुर ਜਿਹੜਾ ਕਿ 6 ਕਿਲੋਮੀਟਰ ਦੂਰ ਹੈਗਾ ਲੁਧਿਆਣੇ ਤੋਂ ਉੱਥੇ ਇਹ ਖੇਡਾਂ ਕੀਤੀਆਂ ਜਾਂਦੀਆਂ ਨੇ ਰੂਰਲ 올림픽ਸ ਖੇਡਾਂ ਕਿੱਥੇ ਲੁਧਿਆਣੇ ਤੋਂ 6 ਕਿਲੋਮੀਟਰ ਦੂਰ ਕਿਲਾ रायपुर ਓਕੇ ਇਹ ਵੀ ਆਪਣੀਆਂ 3 ਡੇਜ਼ ਜਿਹੜੀਆਂ ਗੇਮ ਹੁੰਦੀਆਂ ਨੇ ਤਿੰਨ ਦਿਨ ਦਾ ਜਿਹੜਾ ਇਹ ਅ 올림픽 ਖੇਡਾਂ ਜਿਹੜੀਆਂ ਤਿੰਨ ਦਿਨ ਚੱਲਦੀਆਂ ਨੇ ਕਲੀਅਰ ਕਲੀਅਰ ਡਾਊਟ ਕਿਸੇ ਨੂੰ ਕਿਸੇ ਨੇ ਕੁਝ ਵੀ ਇੱਥੇ ਤੱਕ ਪੁੱਛਣਾ ਹੋਏ ਤੋ ਜਲਦੀ ਮੈਨੂੰ ਪੁੱਛ ਸਕਦਾ ਇਹ ਸਟੈਟ ਦੇ ਵਿੱਚ ਇਹ ਕੁਸ਼ਨ ਆਇਆ ਸੀ ਓਕੇ ਚਲੋ ਪੀਆਈ ਪੀਐਸ ਸਟੈਟ ਦੇ ਵਿੱਚ ਕੁਸ਼ਨ ਆਇਆ ਸੀਗਾ ਬਟ ਹੁਣ ਜੇ ਕਿਸੇ ਦਾ ਗਲਤ ਹੋਇਆ ਤੇ ਗਲਤ ਹੋਣਾ ਨਹੀਂ ਚਾਹੀਦਾ ਕਿਉਂਕਿ ਇਹਦੇ ਬਾਰੇ ਸਾਰਾ ਕੁਝ ਜਿਹੜਾ ਉਹ ਮੈਂ ਬਿਆਨ ਕਰਦਾ ਹੁਣ ਇੱਕ ਮੈਂ ਇੱਥੇ ਐਮਸੀਕਿਊਜ਼ ਨਹੀਂ ਹੈਗੇ ਆ ਥਿਉਰੈਟਿਕਲ ਪੋਰਸ਼ਨ ਹੈ ਔਰ ਬਹੁਤ ਹੀ ਵਧੀਆ ਥਿਉਰੀ ਜਿਹੜੀ ਮੈਂ ਤੁਹਾਡੇ ਲਈ ਤਿਆਰ ਕੀਤੀ ਆ ਕਿ ਤੁਹਾਨੂੰ ਪੰਜਾਬ ਦੇ ਕੁਝ ਔਰਨਾਮੈਂਟਸ ਹੈ ਜਿਹੜੇ ਉਹ ਦੱਸ ਸਕਾਂ ਕਿ ਪੰਜਾਬ ਦੇ ਕਿਹੜੇ-ਕਿਹੜੇ ਔਰਨਾਮੈਂਟਸ ਹੈਗੇ ਨੇ ਮੈਨਸ ਦੇ ਕਿਹੜੇ ਆ ਔਰ ਪੇਪਰ 'ਚ ਜਦੋਂ ਕੁਐਸਚਨ ਆ ਜਾਈ ਤੁਹਾਡਾ ਕਦੀ ਵੀ ਗਲਤ ਨਾ ਹੋਵੇ ਕੱਲਾ-ਕੱਲਾ ਔਰਨਾਮੈਂਟ ਸਮਝਾਉਣ ਦੀ ਕੋਸ਼ਿਸ਼ ਕਰਾਂਗਾ ਤਾਂ ਮੇਰੀ ਆ ਕੋਸ਼ਿਸ਼ ਨੂੰ ਤੁਸੀਂ ਦੱਸਣਾ ਕਿੰਨੀ ਕਿ ਜਿਹੜੀ ਆ ਤੁਹਾਨੂੰ ਵਧੀਆ ਲੱਗੀ ਚਲੋ ਜੀ ਸਰੋਂ ਪਹਿਲਾਂ ਆਪਾਂ ਹੈੱਡ ਔਰਨਮੈਂਟਸ ਦੀ ਗੱਲ ਕਰਦੇ ਹਾਂ ਟੋਟਲ ਹੈੱਡ ਔਰਨਮੈਂਟਸ ਦੇ ਵਿੱਚ ਮੈਨਸ ਔਰਨਮੈਂਟ ਦੀ ਗੱਲ ਕਰਦੇ ਹਾਂ ਬਾਅਦ ਵਿੱਚ ਇਕੱਲੇ ਇਕੱਲੇ ਨੂੰ ਆਪਾਂ ਚੰਗੀ ਤਰ੍ਹਾਂ ਸਮਝਾਂਗੇ ਚ ਇਕੱਲੀ ਇਕੱਲੀ ਚੀਜ਼ ਦਾ ਨੂੰ ਚੰਗੀ ਤਰ੍ਹਾਂ ਮੈਂ ਸਮਝਾਉਂਗਾ ਸਰਪੇਸ਼ ਸਰਪੇਸ਼ ਨੂੰ ਸਰਪੇਂਜ ਵੀ ਕਹਿ ਦਿੰਦੇ ਆ ਪੀਈ ਸੀਐਚਵੀ ਕਹਿ ਦਿੰਦੇ ਆ ਪੇਜ ਕਹਿ ਦਿੰਦੇ ਆ ਤੋ ਇਹ ਜਿਹੜਾ ਟਰਬਨ ਦੇ ਉੱਤੇ ਲਗਾਇਆ ਜਾਂਦਾ ਇਨ ਫਰੰਟ ਆਫ ਦਾ ਟਰਬਨ ਇਹ ਲਗਾਇਆ ਜਾਂਦਾ ਜਿਸ ਦੇ ਤੇ ਹੀਰੇ ਮੋਤੀ ਜਿਹੜੇ ਉਹ ਜੜੇ ਹੁੰਦੇ ਨੇ ਜੈਵਲਡ ਔਰਨਮੈਂਟ ਦਾ ਮਤਲਬ ਜਿਹਦੇ ਤੇ ਮੋਤੀ ਵਗੈਰਾ ਜੜੇ ਹੋਣ ਕਲਗੀ 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 ਦੈਟ ਇਜ਼ 플륨 ਇਨ এ ਬਿਜੁਐ ਜੁਐਲਡ ਸੈਟਿੰਗ ਯਾਨੀ ਕਿ ਪਲਮ ਕਲਗੀ ਜਿਹੜੀ ਹੁੰਦੀ ਹੈ ਤੋ ਇੱਕ ਤਰ੍ਹਾਂ ਕਹਿ ਸਕਦੇ ਆ ਇਹਨੂੰ ਕਿ ਇਹਦੇ ਵਿੱਚ ਵੀ ਜਿਹੜੇ ਹੀਰੇ ਜਵਾਹਰ ਲਾਤਾ ਜਿਹੜੇ ਉਹ ਜੜੇ ਹੁੰਦੇ ਨੇ ਔਰ ਇਹ 플륨 플륨 ਦਾ ਮਤਲਬ ਕੀ ਹੋ ਗਿਆ ਦੈਟ ਇਜ਼ ਕਿ ਇੱਕ ਵਰਟੀਕਲ ਸ਼ੇਪ ਦੀ ਇਹ ਹੁੰਦੀ ਹੈ ਮੁਕਟ ਦੀ ਗੱਲ ਕਰੀਏ ਤੋ ਇਹੇ ਦੋਨੋਂ ਦੋਨੋਂ ਆਪਾਂ ਦੇਖੀਏ ਕਲਗੀ ਜਾਂ ਸਰਪੇਸ਼ ਇਹ ਜਿਆਦਾਤਰ ਟਰਬਨ ਦੇ ਵਿੱਚ ਯੂਜ਼ ਕੀਤਾ ਜਾਂਦਾ ਬਟ ਐਵੇਂ ਨਹੀਂ ਕਿ ਸਿਰਫ ਟਰਬਨ ਦੇ ਵਿੱਚ ਹੀ ਯੂਜ਼ ਕੀਤਾ ਜਾਂਦਾ ਠੀਕ ਹੈ ਤੋ ਕਈ ਵਾਰੀ ਆਪਾਂ ਨੂੰ ਇਹ ਮੁਗੜ ਦੇ ਉੱਤੇ ਵੀ ਦੇਖਣ ਨੂੰ ਮਿਲਦਾ ਹੈ ਸਰਪੇਸ਼ ਤੇ ਕਲਗੀ ਮੁਗੜ ਦੇ ਉੱਤੇ ਵੀ ਲੱਗੇ ਹੁੰਦੇ ਨੇ ਜਿਵੇਂ ਆਪਾਂ ਰਾਜਸਥਾਨ ਜਾਂ ਮਹਾਰਾਸ਼ਟਰਾ ਮਤਲਬ ਹੈਗਾ ਤਾਂ ਪੰਜਾਬ ਦਾ ਔਰਨਾਮੈਂਟ ਟਰਬਨ ਇੱਥੇ ਲਗਾਇਆ ਜਾਂਦਾ ਬਟ ਇਹ ਜਿਹੜਾ ਜਿਵੇਂ ਆਪਾਂ ਗੱਲ ਕਰੀਏ 올ਓਵਰ ਇੰਡੀਆ ਤੁਹਾਨੂੰ ਇਹ ਚੀਜ਼ਾਂ ਦੇਖਣ ਨੂੰ ਮਿਲਦੀਆਂ ਮੁਗੜ ਦੀ ਗੱਲ ਕਰੀਏ ਮੁਗੜ ਜਿਹੜਾ ਇੱਕ Hindu ornament ਹੈ ਜਿਹੜਾ ਕਿ Hindu ਅ ਗਰੂਮਸ ਦੇ ਦੁਆਰਾ ਜਿਹੜਾ ਪਾਇਆ ਜਾਂਦਾ ਜਦੋਂ ਵਿਆਹ ਵਗੈਰਾ ਹੁੰਦੇ ਨੇ ਉਦੋਂ ਮੁਕਟ ਹੈ ਜਿਹੜਾ ਪਾਇਆ ਜਾਂਦਾ ਓਕੇ ਤੁਰਾ ਦੀ ਗੱਲ ਕਰਦੇ ਆਂ ਤੁਰਾ ਦੇ ਵਿੱਚ ਕੀ ਹੁੰਦਾ ਮੋਤੀਆਂ ਦੀ ਇੱਕ ਮਾਲਾ ਹੁੰਦੀ ਹੈ ਜਿਹੜੀ ਕਿ ਪੱਗ ਦੇ ਉੱਤੇ ਜਿਹੜੀ ਉਹ ਲਟਕਾਈ ਜਾਂਦੀ ਹੈ ਇਹਨੂੰ ਵੀ ਆਪਾਂ ਜਿਹੜੀ ਹੈ ਡੀਪਲੀ ਡਿਸਕਸ਼ਨ ਕਰਾਂਗੇ ਅੱਗੇ ਆ ਗਿਆ ਆਪਣੇ ਕੋਲ ਕਤਬੀ ਕਤਬੀ ਲਾਦਾਰ ਕਤਬੀ ਲਾਦਾਰ ਇਹਦੇ ਵਿੱਚ ਇੱਕ ਪੈਂਡੈਂਟ ਹੁੰਦਾ ਜਿਹੜਾ ਕਿ ਫੋਰਹੈੱਡ ਤੇ ਜਿਹੜਾ ਜਿਹੜਾ ਉਹ ਲਟਕਾਇਆ ਹੁੰਦਾ ਹੁਣ ਆਪਾਂ ਇਹਨੂੰ ਕਰਦੇ ਆ ਟਰਨ ਬਾਈ ਟਰਨ ਦੇਖਦੇ ਆ ਤੋਂ ਆ ਆਪਾਂ ਇੱਥੇ ਦੇਖ ਰਹੇ ਆ ਤੋਂ ਇਸ ਚੀਜ਼ ਨੂੰ ਆਪਾਂ ਕਾਫੀ ਸਾਰੇ ਬੱਚੇ ਇਹਨੂੰ ਕੀ ਸਰਪੀਚ ਸਮਝ ਜਾਂਦੇ ਨੇ ਸਰਪੀਚ ਨੂੰ ਸਮਝੀਏ ਤੋਂ ਸਰਪੀਚ ਹੁੰਦਾ ਕੀ ਹੈ ਜਦੋਂ ਇੱਕ ਫਲੈਟ ਯਾਨੀ ਕਿ ਇੱਕ ਆਪਣੇ ਕੋਲ ਹਰੀਜ਼ੋਂਟਲ ਪੱਟੀ ਹੋਵੇ ਔਰ ਉਹਦੇ ਉੱਤੇ ਇੱਕ ਵਰਟੀਕਲ ਪੱਟੀ ਲੱਗੀ ਹੋਵੇ ਇਹਨੂੰ ਆਪਾਂ ਸਰਪੀਚ ਕਹਿ ਦਿੰਦੇ ਆ ਕਲੀਅਰ ਔਰ ਇਹਦੇ ਨਾਲ ਕੀ ਹੈ ਪੇਚ ਵੀ ਲੱਗਿਆ ਹੋਣਾ ਚਾਹੀਦਾ ਇਹਦੇ ਨਾਲ ਪੇਚ ਵੀ ਲੱਗਿਆ ਹੋਣਾ ਚਾਹੀਦਾ ਹੈ ਕਲੀਅਰ ਤੋਂ ਹੁਣ ਇੱਥੇ ਆਪਾਂ ਦੇਖੀਏ ਕਿ ਆਹ ਜਿਹੜਾ ਉੱਪਰਲਾ ਇਹ ਪੋਰਸ਼ਨ ਆ ਆਹ ਜੀ ਜਿਹੜੀ ਆਹ ਵਰਟੀਕਲ ਚੀਜ਼ ਐ ਨੂੰ ਆਪਾਂ ਕਲਗੀ ਕਹਿ ਦਿੰਨੇ ਆ ਇਹਨੂੰ ਆਪਾਂ ਕਲਗੀ ਕਹਿੰਨੇ ਆ ਇਹਨੂੰ ਆਪਾਂ ਕਲਗੀ ਕਹਿੰਨੇ ਆ ਜੇ ਆਪਾਂ ਸਰਪੇਚ ਪ੍ਰੋਪਰਲੀ ਗੱਲ ਕਰੀਏ ਤੇ ਇਹ ਮਹਾਰਾਜਾ ਭੁਪਿੰਦਰ ਸਿੰਘ ਦੀ ਫੋਟੋ ਆ ਔਰ ਇਹ ਮਹਾਰਾਜਾ ਭੁਪਿੰਦਰ ਸਿੰਘ ਦੀ ਫੋਟੋ ਦੇ ਉੱਪਰ ਤੁਸੀਂ ਦੇਖ ਰਹੇ ਹੋ ਆਹ ਜਿਹੜਾ ਪੂਰੀ ਇੱਕ ਫਲੈਟ ਪੱਟੀ ਆ ਔਰ ਇਸ ਫਲੈਟ ਪੱਟੀ ਪਾਗੇ ਦੇ ਉੱਤੇ ਆਹ ਲੱਗਿਆ ਹੋਇਆ ਔਰ ਇਸ ਫਲੈਟ ਪੱਟੀ ਦੇ ਉੱਪਰ ਆਹ ਇੱਕ ਜਿਹੜੀ ਆ ਕਲਗੀ ਜਿਹੜੀ ਇਹ ਜੋੜੀ ਹੋਈ ਆ ਇਹ ਕਿ ਆ ਕਲਗੀ ਜਿਹੜੀ ਜੋੜੀ ਹੋਈ ਆ ਇਹਨੂੰ ਆਪਾਂ ਕਵਾਂਗੇ ਸਰਪੇਚ ਤੋਂ ਸਰਪੇਚ ਤੁਹਾਨੂੰ ਸਮਝ ਲੱਗ ਗਿਆ ਹੋਵੇਗਾ ਹੈਨਾ ਸਰਪੇਚ ਸਮਝ ਲੱਗ ਗਿਆ ਹੋਵੇਗਾ ਔਰ ਜਿਹੜਾ ਵਰਟੀਕਲ ਆ ਉਹਨੂੰ ਆਪਾਂ ਕਲਗੀ ਕਹ ਦਿੰਨੇ ਆ ਤੋਂ ਮੁਕਟ ਆਹ ਆਪਣੇ ਕੋਲ ਮੁਕਟਾ ਜਿਹਦੇ ਵਿੱਚ ਪੂਰਾ ਜਿਹੜਾ ਹੈੱਡ ਜਿਹੜਾ ਟਕਿਆ ਜਾਂਦਾ ਤੋਂ ਇਹ ਵੀ ਆਪਾਂ ਇੱਕ ਮੁਕਟਾ ਇਹ ਸਾਰੇ ਮੁਕਟ ਦੀਆਂ ਜਿਹੜੀਆਂ ਆਪਣੇ ਕੋਲ ਐਗਜ਼ਾਮਪਲਸ ਨੇ ਹੁਣ ਆਪਾਂ ਗੱਲ ਕਰਦੇ ਆ ਆ ਕੀ ਚੀਜ਼ ਆ ਫਿਰ ਵਾਟ ਇਜ਼ ਥਿਸ ਤੋਂ ਇਹਨੂੰ ਆਪਾਂ ਕਹ ਦਿੰਨੇ ਆ ਦੈਟ ਇਜ਼ ਤੁਰਾ ਠੀਕ ਹੈ ਨੋਟ ਤੁਰਾ ਸੋਰੀ ਇਟਸ ਕੁਤਬੀਲਾਦਾਰ ਇਹਨੂੰ ਕਹਿ ਦੇਣੇ ਆਪਾਂ ਕੁਤਬੀਲਾਦਾਰ ਤੋਂ ਆ ਜਿਹੜੀ ਚੀਜ਼ ਐਵੇਂ ਲਟਕਾਈ ਹੁੰਦੀ ਹੈ ਜਿਵੇਂ ਤੁਸੀਂ ਆ ਦੇਖ ਰਹੇ ਹੋ ਆ ਵਾਲੀ ਚੀਜ਼ ਜਿਹੜੀ ਮਹਾਰਾਜਾ ਬੁਬਿੰਦਰ ਸਿੰਘ ਨੇ ਆ ਲਟਕਾਈ ਹੋਈ ਆ ਇਹਨੂੰ ਆਪਾਂ ਕਹਿ ਦੇਣੇ ਕੁਤਲੀਬਾ ਕੁਤਲੀ ਕੁਤਬੀ ਲਾਦਾਰ ਕੁਤਬੀਲਾਦਾਰ ਤੋਂ ਕੁਤਬੀਲਾਦਾਰਾ ਜਿਹੜੀ ਆ ਚੀਜ਼ ਆ ਤੇ ਫਿਰ ਆ ਜਿਹੜੇ ਪੱਗ ਦੇ ਉੱਤੇ ਆ ਜਿਹੜੀ ਅਪਲ ਜਿਹੜੀਆਂ ਲਟਕਾਈਆਂ ਹੋਈਆਂ ਨੇ ਇਹਨਾਂ ਨੂੰ ਆਪਾਂ ਕਹਿੰਦੇ ਨੇ ਤੁਰਾ ਇਹਨਾਂ ਨੂੰ ਆਪਾਂ ਕਹਿੰਦੇ ਨੇ ਤੁਰਾ ਕਲੀਅਰ ਤੋ ਇੱਕ ਆਪਣੇ ਕੋਲ ਜਿਹੜੇ ਇਨਸਟਰੂਮੈਂਟ ਸੌਰੀ ਔਰਨਮੈਂਟਸ ਜਿਹੜੇ ਹੈਗੇ ਨੇ ਸਾਰੇ ਆਪਾਂ ਨੂੰ ਬਿਲਕੁਲ ਚੰਗੀ ਤਰ੍ਹਾਂ ਪਤਾ ਹੋਣਾ ਚਾਹੀਦੇ ਨੇ ਸਰਪੇਸ਼ ਸਰਪੇਸ਼ ਦੇ ਵਿੱਚ ਇੱਕ ਪੇਜ ਲੱਗਾ ਹੁੰਦਾ ਜਿਹਦੇ ਨਾਲ ਪੱਗ ਦੇ ਵਿੱਚ ਜਿਹੜਾ ਉਹ ਪੇਜ ਜਿਹੜਾ ਲਗਾਇਆ ਜਾਂਦਾ ਹੈ ਕਲਗੀ ਜਿਹੜਾ ਉੱਪਰਲਾ ਪਾਰਟ ਹੁੰਦਾ ਉਹਨੂੰ ਕਲਗੀ ਕਹਿ ਦਿੰਦੇ ਆ ਮੁਕਟ ਜਿਹੜਾ ਹਿੰਦੂ ਵੈਡਿੰਗਸ ਦੇ ਵਿੱਚ ਜਿਹੜਾ ਗਰੂਮ ਦੇ ਦੁਆਰਾ ਪਾਇਆ ਜਾਂਦਾ ਉਹਨੂੰ ਮੁਕਟ ਕਹਿ ਦਿੰਦੇ ਆ ਔਰ ਤੁਰਾ ਕੀ ਹੁੰਦਾ ਜਿਹੜੀ ਮੋਤੀਆਂ ਦੀ ਮਾਲਾ ਪੱਗ ਦੇ ਉੱਤੇ ਜਿਹੜੀ ਲਗਾਈ ਜਾਂਦੀ ਉਹਨੂੰ ਤੁਰਾ ਕਹਿ ਦਿੰਦੇ ਆ ਕੁਤਬੀਲਾ ਦਾਹੜਾ ਜਿਹੜੀ ਉਹਦੇ ਵਿੱਚ ਕੀ ਹੁੰਦਾ ਇੱਕ ਪੈਂਡੈਂਟ ਟਾਈਪ ਆ ਲਟਕਾ ਕੇ ਆ ਪੱਗ ਦੇ ਉੱਤੇ ਇਹ ਚੀਜ਼ ਆ ਸਾਈਡ ਤੇ ਜਿਹੜੀ ਲਟਕਾਈ ਹੁੰਦੀ ਆ ਇਹਨੂੰ ਕੁਤਲੀਬਾ ਕੁਤਬੀ ਲਾਹੜ ਕਹਿ ਦਿੰਦੇ ਆ ਸਰਪੇਚ ਨੂੰ ਆਪਾਂ ਥੋੜਾ ਜਿਹਾ ਦੇਖੀਏ ਮਹਾਰਾਜਾ ਰਣਜੀਤ ਸਿੰਘ ਦੀ ਫੋਟੋ ਆ ਇਹਨਾਂ ਨੇ ਮਹਾਰਾਜਾ ਰਣਜੀਤ ਸਿੰਘ ਦੀ ਗੱਲ ਕਰੀਏ ਤਾਂ ਇਹ ਸਰਪੇਸ਼ ਜਿਹੜਾ ਉਹਦੇ ਉੱਤੇ ਕਲਗੀ ਲਗੰਦੇ ਸੀ ਜੇ ਸਰਪੇਸ਼ ਨੂੰ ਆਪਾਂ ਦੋ ਹਿੱਸਿਆਂ ਦੇ ਵਿੱਚ ਵੰਡੀ ਹੈ ਸਰ ਪਲੱਸ ਪੇਚ ਬਾਅਦ ਵਿੱਚ ਇਹ ਬਣ ਗਿਆ ਸਰਪੇਚ ਜਿਹੜਾ ਉੱਪਰਲਾ ਪਾਰਟ ਆ ਜਿਹੜਾ ਉੱਪਰਲਾ ਪਾਰਟ ਆ ਉਹਨੂੰ ਕਹਿੰਦੇ ਜਿਗਾ ਜਿਹੜਾ ਉੱਪਰਲਾ ਪਾਰਟ ਆ ਉਹਨੂੰ ਆਪਾਂ ਕਹਿੰਦੇ ਜਿਗਾ ਔਰ ਜਿਹੜਾ ਹਾਰੀਜ਼ੋਂਟਲ ਪਾਰਟ ਆ ਉਹਨੂੰ ਆਪਾਂ ਕਹਿੰਦੇ ਪੱਟੀ ਤੇ ਜਿਹੜਾ ਇਹ ਜਿਗਾ ਪਾਰਟ ਆ ਇਹਨੂੰ ਆਪਾਂ ਕਹਿੰਦੇ ਨੇ ਕਲਗੀ ਇਸ ਕਰਕੇ ਉੱਪਰਲਾ ਪਾਰਟ ਜਿਹੜਾ ਕਲਗੀ ਹੁੰਦਾ ਠੀਕ ਹੈ ਪਰਸ਼ੀਅਨ ਲੈਂਗੁਏਜ ਦੇ ਵਿੱਚ ਸਰਪੇਸ਼ ਨੂੰ ਜਿਹੜਾ ਜੀਕਾ ਕਿਹਾ ਜਾਂਦਾ ਪਰਸ਼ੀਆ ਦੇ ਵਿੱਚ ਵੀ ਯੂਜ਼ ਹੁੰਦਾ ਤੋ ਤੁਹਾਨੂੰ ਪਤਾ ਹੀ ਹੋਏਗਾ ਪਰਸ਼ੀਅਨ ਲੈਂਗੁਏਜ ਪਹਿਲਾਂ ਲੋਰ ਸੂਬੇ ਦੀ ਜਿਹੜੀ ਲੈਂਗੁਏਜ ਸੀਗੀ ਉਹ ਪਰਸ਼ੀਅਨ ਸੀਗੀ ਔਰ ਪਰਸ਼ੀਅਨ ਲੈਂਗੁਏਜ ਆਫੀਸ਼ੀਅਲ ਲੈਂਗੁਏਜ ਹੈ ਜਿਹੜੀ ਉਹ ਬੰਦਾ ਸਿੰਘ ਬਹਾਦਰ ਜੀ ਦੇ ਦੁਆਰਾ ਆਫੀਸ਼ੀਅਲ ਲੈਂਗੁਏਜ ਡਿਕਲੇਅਰ ਵੀ ਕੀਤੀ ਗਈ ਸੀ ਇਸ ਕਰਕੇ ਪਰਸ਼ੀਅਨ ਦੇ ਵਿੱਚ ਇਹਨੂੰ ਜੀਕਾ ਕਿਹਾ ਜਾਂਦਾ ਸੀ ਤੇ ਜਿਹੜਾ ਉੱਪਰਲਾ ਪਾਰਟ ਹੈ ਉਹਨੂੰ ਜੀਕਾ ਕਿਹਾ ਜਾਂਦਾ ਸੀ ਯਾਨੀ ਵਰਟੀਕਲ ਪਾਰਟ ਜਿਹੜਾ ਹਾਰੀਜ਼ੋਂਟਲ ਪੱਟੀ ਜਿਹੜੀ ਹੈਗੀ ਆ ਉਹਨੂੰ ਆਪਾਂ ਕਹਿੰ ਨਾ ਤੋ ਜਿਹੜਾ ਜਿਹੜਾ ਵਰਟੀਕਲ ਪਾਰਟ ਔਰ ਜਿਹੜਾ ਹਰੀਜ਼ਨਟਲ ਪਾਰਟ ਹੈ दैट इज ਪੱਟੀ ਔਰ ਮਹਾਰਾਜਾ ਰਣਜੀਤ ਸਿੰਘ ਆ ਜਿਹੜੇ ਬਹੁਤ ਫੇਮਸ ਸੀਗੇ ਆਪਣੀ ਕਲਗੀ ਔਰ ਗੁਰੂ ਗੋਬਿੰਦ ਸਿੰਘ ਜੀ ਦੇ ਵੀ ਸਿਰ ਤੇ ਜਿਹੜੀ ਕਲਗੀ ਆ ਉਹ ਹੁੰਦੀ ਸੀ ਕਲੀਅਰ ਅਗਲੇ ਕੁਐਸਚਨ ਤੇ ਚੱਲਦੇ ਆ ਅਗਲੇ ਵੂਮਨ ਕਿਹੜੇ ਕਿਹੜੇ ਹੈਗੇ ਨੇ ਵੂਮਨ ਔਰਨਮੈਂਟਸ ਕਿਹੜੇ ਕਿਹੜੇ ਨੇ ਜਿਹੜੇ ਕਿ ਹੈਡ ਔਰਨਮੈਂਟਸ ਨੇ ਗੱਲ ਧਿਆਨ ਰੱਖਣਾ ਮੈਂ ਹੈਡ ਔਰਨਮੈਂਟਸ ਦੀ ਗੱਲ ਕਰ ਰਿਹਾ ਮੈਂ ਫੋਰ ਹੈਡ ਔਰਨਮੈਂਟਸ ਦੀ ਗੱਲ ਨਹੀਂ ਕਰ ਰਿਹਾ ਹੁਣ ਆਪਾਂ ਪਹਿਲਾਂ ਸਾਰਿਆਂ ਨੂੰ ਪਹਿਲਾਂ ਆਹ ਸਿਸਫੁੱਲ ਚੌਂਕ ਐਂਡ ਚੋਟੀਫੁੱਲ ਆ ਤਿੰਨਾਂ ਨੂੰ ਸਮਝਦੇ ਆ ਆ ਤੇਰੇ ਤਿੰਨੋਂ ਜਿਹੜੇ ਹੈਗੇ ਨੇ ਕਿਦਾਂ ਦੇ ਔਰਨਾਮੈਂਟ ਆ ਆ ਤਿੰਨੋਂ ਔਰਨਾਮੈਂਟ ਆ ਜਿਹੜੇ ਇਹ ਕੌਨ ਲਾਈਕ ਵੀ ਹੋ ਸਕਦੇ ਨੇ ਠੀਕ ਐ ਕੌਨ ਲਾਈਕ ਵੀ ਹੋ ਸਕਦੇ ਨੇ ਔਰ ਇਹਦੇ ਨਾਲ ਨਾਲ ਆ ਤੁਸੀਂ ਆ ਪਹਿਲਾਂ ਦੇਖ ਰਹੇ ਹੋ ਇਹ ਜਿਹੜਾ ਹੈਗਾ ਸਿਸਫੁੱਲਾ ਸਿਸਫੁੱਲ ਬੇਸਿਕਲੀ ਇਹ ਇੱਕ ਰਿੰਗ ਸ਼ੇਪ ਵੱਡੀ ਜੀ ਰਿੰਗ ਸ਼ੇਪ ਦਾ ਔਰਨਾਮੈਂਟ ਹੁੰਦਾ ਜਿਹਦੇ ਉੱਤੇ ਜਿਹੜੇ ਜੈਵਲਸ ਹੈਗੇ ਨੇ ਉਹ ਜਿਹੜੇ ਲਗਾਏ ਹੁੰਦੇ ਨੇ ਆ ਤੁਸੀਂ ਨੈਕਸਟ ਜਿਹੜਾ ਦੇਖ ਰਹੇ ਹੋ ਆ ਕੁਰੀ ਨੇ ਜਿਹੜਾ ਪਾਇਆ ਹੋਇਆ ਠੀਕ ਹੈ ਆਹ ਆਵਲਾ ਜਿਹੜਾ ਔਰਨਾਮੈਂਟ ਹੈਗਾ ਜਾਂ ਆਹ ਵਾਲਾ ਤੁਸੀਂ ਔਰਨਾਮੈਂਟ ਕਹਿ ਕਹਿ ਸਕਦੇ ਹੋ ਤੇ ਆ ਤਿੰਨੋਂ ਫੋਟੋਆਂ ਵੱਖਰੀਆਂ ਵੱਖਰੀਆਂ ਤੋਂ ਸਿਸ ਫੁੱਲ ਸੱਗੀ ਫੁੱਲ ਜੇ ਕੋਨ ਉਹਦੇ ਵਿੱਚ ਲੱਗਿਆ ਹੋਇਆ ਫਿਰ ਉਹਨੂੰ ਆਪਾਂ ਸੱਗੀ ਫੁੱਲ ਕਵਾਂਗੇ ਸੱਗੀ ਫੁੱਲ ਜੇ ਕੋਨ ਲੱਗਿਆ ਹੋਇਆ ਜੇ ਕੋਨ ਨਹੀਂ ਲੱਗਿਆ ਹੋਇਆ ਕੱਲਾ ਕੱਲਾ ਸਕੁਅਰ ਲੱਗਿਆ ਹੋਇਆ ਐਵੇਂ ਦਾ ਸੋਰੀ ਨੋਟ ਸਕੁਅਰ ਕੱਲਾ ਕੱਲਾ ਸਰਕਲ ਟਾਈਪ ਬਣਿਆ ਹੋਇਆ ਉਹਨੂੰ ਆਪਾਂ ਫਿਰ ਕਵਾਂਗੇ ਸਿਸ ਫੁੱਲ ਕਲੀਅਰ ਚੌਂਕ ਜਿਹੜਾ ਚੌਂਕ ਹੁੰਦਾ ਪੂਰਾ ਗੋਲ ਨਹੀਂ ਹੁੰਦਾ ਆ ਥੋੜਾ ਜਿਹਾ ਜਿਵੇਂ ਤੁਸੀਂ ਇੱਥੋਂ ਦੇਖ ਰਹੇ ਹੋ ਉਪਰ ਉਹਦੀ ਫਲੈਟ ਕਰਕੇ ਇਹ ਸੈਮੀ ਸਰਕਲ ਟਾਈਪ ਦਾ ਹੁੰਦਾ ਜਿਹਨੂੰ ਆਪਾਂ ਚੌਂਕ ਕਹਿੰਦੇ ਆ ਛੋਟੀ ਫੁੱਲ ਜਿਹੜਾ ਹੁੰਦਾ ਛੋਟੀ ਫੁੱਲ ਜਿਹੜਾ ਉਹ ਜਿਹੜਾ ਬਿਲਕੁਲ ਉੱਪਰ ਹੁੰਦਾ ਔਰ ਇਹਦੇ ਵਿੱਚ ਇਹ ਹੁੰਦਾ ਥੋੜਾ ਸਰਕੂਲਰ ਆ ਬਟ ਇਹਦੇ ਵਿੱਚ ਆ ਉੱਪਰ ਉੱਪਰੋਂ ਦੀ ਆ ਚੀਜ਼ ਹੈ ਜਿਹੜੀ ਆਹ ਲੱਗੀ ਹੁੰਦੀ ਇਹਨੂੰ ਆਪਾਂ ਛੋਟੀ ਫੁੱਲ ਕਹਿੰਦੇ ਆ ਕਲੀਅਰ ਕੋਨ ਟਾਈਪ ਜਿਹੜਾ ਹੁੰਦਾ ਉਹਨੂੰ ਆਪਾਂ ਸੱਗੀ ਫੁੱਲ ਕਹਿੰਦੇ ਆ ਕਲੀਅਰ ਅਗਲੇ ਔਰਨਾਮੈਂਟ ਦੀ ਗੱਲ ਕਰਦੇ ਆ ਇਦੇ ਵਿੱਚ ਜਿਹੜੇ ਮੋਤੀ ਹੈਗੇ ਨੇ ਉਹ ਜੜੇ ਹੁੰਦੇ ਨੇ ਔਰ ਮੋਤੀ ਮੋਤੀਆਂ ਦੀ ਕਹਿ ਸਕਦੇ ਆ ਇੱਕ ਮਾਲਾ ਹੁੰਦੀ ਹੈ ਜਿਹੜੀ ਕਿ 8 ਇੰਚ ਇਹ ਲੰਬੀ ਮਾਲਾ ਹੁੰਦੀ ਹੈ ਔਰ ਇਹ ਫੋਰਹੈਡ ਦੇ ਵਿੱਚ ਲਗਾਈ ਜਾਂਦੀ ਆ ਬੇਸਿਕਲੀ ਹੈਂਗਿੰਗ ਜਿਹੜੀ ਉਹ ਕੀਤੀ ਜਾਂਦੀ ਆ ਤੋਂ ਦੇਖਦੇ ਆ ਇਹਨੂੰ ਆਪਾਂ ਮੂਲੀ ਕਹਿੰਦੇ ਆ ਠੀਕ ਹੈ ਇਹ ਵਾਲੀ ਇਹ ਵਾਲੀ ਦਿਸ ਵਨ ਇਜ਼ ਅ ਮੂਲੀ ਆ ਜਿਹੜਾ ਇੱਥੇ ਸਾਈਡ ਤੇ ਜਿਹੜਾ ਇਹ ਲਟਕਾਈ ਜਾਂਦੀ ਆ ਦਿਸ ਵਨ ਇਜ਼ ਮੂਲੀ ਆ ਨਾ ਸਮਝ ਲਿਓ ਇਹ ਨਹੀਂ ਹੈਗੀ ਮੂਲੀ ਤਿੰਗਾ ਮੋਲੀ ਜਿਹੜੀ ਬਾਹ ਤੇ ਬੰਨਣ ਵਾਲੀ ਮੋਲੀ ਨਹੀਂ ਹੈਗੀ ਜਿਹੜੀ ਕਿ ਆਪਾਂ ਜਗਰਾਤੀਆਂ ਵਗੈਰਾ ਦੇ ਵਿੱਚ ਮੋਲੀ ਕਹਿੰਦੇ ਨੇ ਮੋਲੀ ਬੰਦੋ ਉਹੋ ਵਾਲੀ ਮੋਲੀ ਨਹੀਂ ਹੈਗੀ ਸਰ ਆ ਸਰ ਮਰੇ ਤੇ ਠੀਕ ਹੈ ਤਾਂ ਅੱਗੇ ਆ ਗਿਆ ਸਿਰਮਾਗ ਸਿਰਮਾਗ ਜਿਹੜਾ ਹੈਗਾ ਪੈਂਡੈਂਟ ਜਿਹੜਾ ਹਿੰਦੂਸ ਦੇ ਦੁਆਰਾ ਲਗਾਇਆ ਜਾਂਦਾ ਇਹ ਹੈ ਜੀ ਸਿਰਮਾਗ ਇਹਨੂੰ ਆਪਾਂ ਕਵਾਂਗੇ ਸਿਰਮਾਗ ਇਹ ਥੋੜਾ ਬ੍ਰੀਕ ਹੁੰਦਾ ਥੱਲੇੋਂ ਦੀਨਾਂ ਜਿਆਦਾ ਚੌੜਾ ਨਹੀਂ ਹੁੰਦਾ ਸੋ ਇੱਥੇ ਆਪਾਂ ਦੇਖੀਏ ਤੇ ਆਹ ਜਿਹੜੀ ਇਹ ਸਾਈਡ ਤੇ ਮੂਲੀ ਹੈ ਜੇ ਆਪਾਂ ਇਹ ਗੱਲ ਕਰੀਏ ਤਾਂ ਇਹ ਆਪਣੇ ਕੋਲ ਸਿਸ ਫੁੱਲ ਆ ਜਾਂ ਇਹਨੂੰ ਆਪਾਂ ਸੈਸਫੁੱਲੀ ਕਹਾਂਗੇ ਸਾਈਡ ਟਿੱਕਾ ਜਿਹੜਾ ਹਾਂ ਉਹਨੂੰ ਹੀ ਮੂਲੀ ਕਹਿ ਦਿੰਦੇ ਆ ਜਿਹੜੇ ਇੱਕ ਮਤਲਬ ਪਰਲਸ ਜਿਹੜੇ ਲੱਗੇ ਹੁੰਦੇ ਨੇ ਇਹਨਾਂ ਨੂੰ ਆਪਾਂ ਮੂਲੀ ਕਹਿੰਦੇ ਆ ਸੋ ਸਿਸ ਫੁੱਲ ਸਗੀ ਫੁੱਲ ਸਗੀ ਫੁੱਲ ਦੇ ਵਿੱਚ ਕੌਣ ਹੋਏਗਾ ਸਿਸ ਫੁੱਲ ਦੇ ਵਿੱਚ ਸਿੰਪਲੀ ਸਰਕੂਲਰ ਸ਼ੇਪ ਦੀ ਸ਼ੇਪ ਦਾ ਜਿਹੜਾ ਉਹ ਟਿਕਾ ਜਾ ਹੋਏਗਾ ਕਲੀਅਰ ਚੌਂਕ ਹੋਏਗਾ ਚੋਟੀ ਫੁੱਲ ਵੀ ਕਹਿ ਦਿੰਨੇ ਆਂ ਔਰ ਚੋਟੀ ਫੁੱਲ ਜਿਹੜਾ ਆਲਾਸ ਤੁਸੀਂ ਦੇਖ ਰਹੇ ਚੌਂਕ ਥੋੜਾ ਜਿਹਾ ਉਪਰੋਂ ਫਲੈਟ ਹੁੰਦਾ ਇਸ ਚੀਜ਼ ਦਾ ਖਿਆਲ ਰੱਖਣਾ ਅੱਗੇ ਉਹ ਔਰਨਾਮੈਂਟ ਜਿਹੜੇ ਫੋਰਹੈਡ ਤੇ ਵਿੱਚ ਯੂਜ਼ ਕੀਤੇ ਜਾਂਦੇ ਨੇ ਜਦੋਂ ਤੁਸੀਂ ਆ ਪਿੱਛੇ ਫੋਟੋ ਦੇਖੋਗੇ ਤੋਂ ਇੱਥੇ ਜਿਹੜਾ ਔਰਨਾਮੈਂਟ ਆ ਇੱਥੋਂ ਇੱਥੇ ਆ ਕੇ ਜਿਹੜਾ ਇੱਥੇ ਰੱਖਿਆ ਜਾਂਦਾ ਹੈ ਹੈਨਾ ਹੈੱਡ ਤੇ ਤੁਸੀਂ ਇੱਥੇ ਵੀ ਔਰਨਾਮੈਂਟ ਦੇਖੋਗੇ ਆ ਇੱਥੇ ਜਿਹੜਾ ਹੈੱਡ ਦੇ ਉੱਤੇ ਰੱਖਿਆ ਜਾਂਦਾ ਇਸ ਕਰਕੇ ਹੈੱਡ ਔਰਨਾਮੈਂਟ ਹੈ ਇਹਨੂੰ ਵੀ ਆਪਾਂ ਹੈੱਡ ਦੇ ਉੱਤੇ ਰੱਖਦੇ ਆ ਇਹਨੂੰ ਵੀ ਹੈੱਡ ਦੇ ਉੱਤੇ ਰੱਖਦੇ ਆ ਜਦੋਂ ਆਪਾਂ ਹੈੱਡ ਤੋਂ ਥੋੜਾ ਜਿਹਾ ਇਸ ਔਰਨਾਮੈਂਟ ਨੂੰ ਥੱਲੇ ਰੱਖ ਲੈਣੇ ਆ ਜਿਵੇਂ ਕਿ ਉਰੇ ਤੁਸੀਂ ਦੇਖੋ ਆਹ ਹੈੱਡ ਤੋਂ نیچے ਜਿਹੜਾ ਇਹ ਔਰਨਾਮੈਂਟ ਰੱਖਿਆ ਹੋਇਆ ਜਿਹੜਾ ਕਿ ਫੋਰਹੈੱਡ ਦੇ ਉੱਤੇ ਲਾਈ ਕਰਦਾ ਕਲੀਅਰ ਹੁਣ ਆਪਾਂ ਚੱਲਦੇ ਆ ਕਿਹੜੇ ਕਿਹੜੇ ਹੁਣ ਕੁਝ ਬੱਚੇ ਕਹਿ ਰਹੇ ਸਰ ਟਿੱਕਾ ਉਹ ਟਿੱਕਾ ਆਪਾਂ ਉਹਨੂੰ ਕਹਿੰਦੇ ਆ ਜਿਹਦੇ ਵਿੱਚ ਪੈਂਡੈਂਟ ਲੱਗਿਆ ਹੁੰਦਾ ਔਰ ਹੈਂਗ ਕਰਦੇ ਆ ਤਾਂ ਆ ਐਗਜ਼ਾਮਪਲ ਜਿਹੜੀ ਹੈ ਇਹ ਟਿੱਕੇ ਦੀ ਆ ਚੰਦ ਪਿੰਨਾ ਕਿਨੂੰ ਕਹਿ ਦਿੰਨੇ ਆ ਜਿਹੜਾ ਚੰਨ ਪਿੰਨੇ ਵਰਗਾ ਜੇ ਇਹਦੀ ਜਗ੍ਹਾ ਤੇ ਮੈਂ ਆਹ ਚੀਜ਼ ਚੱਕ ਕੇ ਰੱਖ ਦਵਾਂ ਇਹ ਬਣ ਜਾਏਗਾ ਚੰਦ ਪਿੰਨਾ ਜਿਹੜਾ ਕਿ ਫੋਰਹੈਂਡ ਫੋਰਹੈਡ ਤੇ ਆ ਕੇ ਲਟਕਾਇਆ ਹੋਏਗਾ ਚੁੰਮਰ ਆ ਤੁਸੀਂ ਦੇਖ ਰਹੇ ਹੋ ਤੇ ਆਹ ਜਿਹੜਾ ਆਪਣੇ ਕੋਲ ਉਹ ਚੁੰਮਰ ਉਹ ਪੈਂਡੈਂਟ ਹੁੰਦਾ ਜਿਹੜਾ ਕਿ ਸਾਈਡ ਤੇ ਲਟਕਾਇਆ ਜਾਂਦਾ ਜਿਹੜੇ ਤੁਸੀਂ ਸਾਈਡ ਟਿੱਕਾ ਕਹਿ ਰਹੇ ਸੀ ਉਹਨੂੰ ਬੇਸਿਕਲੀ ਚੁੰਮਰ ਕਹਿੰਦੇ ਆ ਠੀਕ ਹੈ ਚੁੰਮਰ ਤੇ ਚੁੰਮਕੇ ਦੋਨੋਂ ਵੱਖਰੇ ਵੱਖਰੇ ਨੇ ਚੁੰਮਕੇ ਜਿਹੜੇ ਕੰਨਾਂ 'ਚ ਪਾਏ ਜਾਂਦੇ ਨੇ ਚੁੰਮਕਾ ਜਿਹੜਾ ਉਹ ਸਿਰ ਤੇ ਲਾਇਆ ਜਾਂਦਾ ਸਿਰ ਤੇ ਫੋਰਹੈਡ ਤੇ ਗਹਿਣੇ ਦੇ ਵਿੱਚ ਆਉਂਦਾ ਹੈਡ ਤੇ ਗਹਿਣੇ ਦੇ ਵਿੱਚ ਨਹੀਂ ਆਉਂਦਾ ਇਸ ਚੀਜ਼ ਦਾ ਖਿਆਲ ਰੱਖਣਾ ਯਾਦ ਰੱਖਣਾ ਚੁੰਮਰ ਨੂੰ ਕਦੀ ਵੀ ਹੈਡ ਦੇ ਨਾਲ ਨਹੀਂ ਲਿਖਣਾ ਇਹ ਫੋਰਹੈਡ ਦਾ ਗਹਿਣਾ ਹੈ ਕਲੀਅਰ ਮੋਲੀ ਮੈਂ ਤੁਹਾਨੂੰ ਸ਼ੁਭਮ ਦੱਸਿਆ ਕਿ ਮੋਲੀ ਜਿਹੜੀ ਹੈਗੀ ਆ ਹੱਥ ਤੇ ਬੰਨਣ ਵਾਲੀ ਮੋਲੀ ਵੱਖਰੀ ਹੁੰਦੀ ਆ ਆ ਮੋਲੀ ਉਹ ਮੋਲੀ ਆ ਜਿਹੜੀ ਊਮਨ ਦਾ ਇੱਕ ਗਹਿਣਾ ਔਰ ਇਹਨੂੰ ਸਾਈਡ ਤੇ ਹੈਡ ਤੇ ਜਿਹੜਾ ਇਹ ਲਟਕਾਇਆ ਜਾਂਦਾ ਕੁਛ ਐਵੇਂ ਠੀਕ ਹੈ ਕੁਛ ਐਵੇਂ ਇਹ ਹੀ ਲਟਕਾਇਆ ਜਾਂਦਾ ਸਾਈਡ ਤੇ ਹੈਡ ਤੇ ਲਟਕਾਇਆ ਜਾਂਦਾ ਤਿੱਕੇ ਦੇ ਵਿੱਚ ਥੋੜੀ ਝੂਮਰ ਦੇ ਵਿੱਚ ਤੇ ਉਹਦੇ ਵਿੱਚ ਥੋੜਾ ਜਿਹਾ ਫਰਕ ਹੁੰਦਾ ਤੋ ਇਹਦੇ ਵਿੱਚ ਨਾ ਪੈਂਡੈਂਟ ਲੱਗਿਆ ਹੁੰਦਾ ਜਦਕਿ ਜਿਹੜਾ ਝੂਮਰ ਦੇ ਵਿੱਚ ਜਿਹੜਾ ਪੈਂਡੈਂਟ ਲੱਗਿਆ ਹੁੰਦਾ ਜੇ ਆਪਾਂ ਇਸ ਇਹਦੀ ਗੱਲ ਕਰੀਏ ਮੋਲੀ ਦੀ ਗੱਲ ਕਰੀਏ ਇਹਦੇ ਵਿੱਚ ਪੈਂਡੈਂਟ ਨਹੀਂ ਲੱਗਿਆ ਹੁੰਦਾ ਇਹਦੇ ਵਿੱਚ ਇੱਕ ਮੋਤੀਆਂ ਦੀ ਜਿਹੜੀ ਮਾਲਾ ਉਹ ਹੁੰਦੀ ਆ ਉਹਦੇ ਵਿੱਚ ਇੱਕ ਮੋਤੀਆਂ ਦੀ ਮਾਲਾ ਉਹਦੇ ਨਾਲ ਸਟਰਡ ਜਿਹੜਾ ਲੱਗਿਆ ਹੁੰਦਾ ਤਾਂ ਇਹਦੀ ਬੇਸਿਕਲੀ ਲੈਂਥ ਦੱਸੀ ਜਾਂਦੀ ਹੈ ਕਿ ਇਹ 8 ਇੰਚ ਲੰਬਾ ਹੋਣਾ ਚਾਹੀਦਾ ਕਲੀਅਰ ਤੁਸੀਂ ਦੇਖਿਆ ਹੋਵੇਗਾ ਕਈ ਵਾਰੀ ਹੈਡ ਤੇ ਇਸ ਤਰ੍ਹਾਂ ਇਸ ਤਰ੍ਹਾਂ ਕਰਕੇ ਵੀ ਇਹ ਲੜਕਾਈ ਜਾਂਦੀ ਆ ਮੋਤੀਆਂ ਦੀ ਮਾਲਾ ਹੈ ਨਾ ਆ ਮੋਤੀਆਂ ਦੀ ਮਾਲਾ ਚਲੋ ਅਗਲੇ ਕੁਸ਼ਣ ਤੇ ਚੱਲਦੇ ਆ ਤੋ ਇਹ ਆਪਣੇ ਜਿਹੜੇ ਫੋਰਹੈਡ ਔਰਨਮੈਂਟ ਸੀਗੇ ਊਮਨ ਦੇ ear ornaments ਦੀ ਗੱਲ ਕਰਦੇ ਆ ਮੈਨਸ ਦੇ ear ornament ਕਿਹੜੇ ਕਿਹੜੇ ਆ ਬਾਲਾ ਮੁੜਕੀ ਦੁਰ ਬੀਰਬਲੀ ਦੂਰੀਛਾ ਦੂਰੀਛਾ ਇਹ ਪੰਜ ਇਨਸਟਰੂਮੈਂਟ ਨੂੰ ਹੁਣ ਆਪਾਂ ਸਮਝਦੇ ਆ ਬਾਲਾ ਬੇਸਿਕਲੀ ਖੱਤਰੀ ਸਿੱਖ ਡੋਗਰਾ ਇਹਨਾਂ ਦੇ ਦੁਆਰਾ ਜਿਹੜਾ ਬਾਲਾ ਪਾਇਆ ਜਾਂਦਾ ਮੁਰਕੀ ਛੋਟੀ ਜੀ ਸ਼ੇਪ ਦੀ ਹੁੰਦੀ ਆ ਬਾਲਾ ਵੱਡੀ ਸ਼ੇਪ ਦਾ ਇੱਕ ਲਾਰਜ ਰਿੰਗ ਹੁੰਦਾ ਜਿਹੜਾ ਬਾਲਾ ਜਿਹਨੂੰ ਕਹ ਦਿੰਦੇ ਆ ਵੱਡਾ ਜਾਂ ਕੰਨ ਦੇ ਵਿੱਚ ਜਿਹੜੀ ਲਾਰਜ ਰਿੰਗ ਜਿਹੜੀ ਪਾਈ ਜਾਂਦੀ ਆ ਉਹਨੂੰ ਆਪਾਂ ਬਾਲਾ ਕਹ ਦਿੰਦੇ ਆ ਮੁਰਕੀ ਛੋਟੀ ਜੀ ਹੁੰਦੀ ਆ ਔਰ ਦੁਰ ਜਿਹੜੀ ਇਹਦੇ ਤੇ ਤਿੰਨ ਸਟੱਡ ਲੱਗੇ ਹੁੰਦੇ ਆ ਵੀਰਬਲੀ ਜਿਹੜੀ ਆ ਇਹ ਵੱਡਾ ਇਅਰਿੰਗ ਹੁੰਦਾ ਇਹਦੇ ਤੇ ਵੀ ਤਿੰਨ ਸਟੱਡ ਲੱਗੇ ਹੁੰਦੇ ਨੇ ਤਿੰਨ ਸਟੱਡ ਵਾਲੇ ਆਪਣੇ ਕੋਲ ਕਿੰਨੇ ਆਗੇ ਦੋ ਆ ਦੁਰ ਉਹ ਛੋਟੀ ਹੁੰਦੀ ਆ ਸਮਾਲ ਇਅਰਿੰਗ ਹੁੰਦੀ ਆ ਔਰ ਸਟੱਡ ਤਿੰਨ ਹੁੰਦੇ ਨੇ ਵੀਰਬਲੀ ਜਿਹੜੀ ਉਹ ਵੱਡੀ ਇਅਰਿੰਗ ਔਰ ਤਿੰਨ ਸਟ ਨੂਰੀ ਚਾ ਇੱਕ ਪੈਂਡੈਂਟ ਹੁੰਦਾ ਹੁਣ ਇਹ ਮੈਂ ਇਹ ਸਾਰੇ ਤੁਹਾਨੂੰ ਵਿਦ ਫਿਗਰ ਜਿਹੜੇ ਆ ਉਹ ਕਲੀਅਰ ਕਰਦਾ ਆ ਤੁਸੀਂ ਦੇਖ ਰਹੇ ਹੋ ਆ ਕੀ ਆ ਆਹ ਮੁਰਕੀ ਆ ਆਹ ਮੁੰਡੇ ਨੇ ਪਾਈ ਹੋਈ ਆ ਆਹ ਆਪਣੇ ਕੋਲ ਮੁਰਕੀ ਆ ਛੋਟੀ ਛੋਟੀ ਮੁਰਕੀ ਆ ਜੇ ਇਹੀ ਸਾਈਜ਼ ਆ ਆ ਵੱਡਾ ਐਵੇਂ ਇੰਨਾ ਕੁ ਵੱਡਾ ਰਿੰਗ ਪਾਇਆ ਹੋਵੇ ਤੇ ਫਿਰ ਕੀ ਬਣ ਜੇ ਜੇ ਰਿੰਗ ਵੱਡੀ ਹੋ ਜਾਵੇ ਫਿਰ ਇਹ ਬਾਲਾ ਬਣ ਜੇ ਤੋਂ ਬਾਲਾ ਲਾਰਜ ਰਿੰਗ ਔਰ ਮੁਰਕੀ ਸਮਾਲਰ ਇਅਰਿੰਗ ओके ਹੁਣ ਦੇਖਣਾ ਦੁਰ ਦੁਰ ਦੇ ਵਿੱਚ ਆ ਸਟੱਡ ਦੇਖੋ ਆ ਤਿੰਨ ਜਿਹੜੇ ਸਟੱਡ ਲੱਗੇ ਹੁੰਦੇ ਨੇ ਠੀਕ ਹੈ ਉਹਨੂੰ ਆਪਾਂ ਕਹਿੰਦੇ ਨੇ ਦੁਰ ਤਿੰਨ ਸਟੱਡ ਲੱਗੇ ਹੁੰਦੇ ਨੇ ਉਹਨੂੰ ਦੁਰ ਕਹਿ ਦਿੰਦੇ ਆ ਜੇ ਇਹੀ ਤੁਸੀਂ ਦੇਖੋ ਆ ਹੁਣ ਈਅਰਿੰਗ ਵੱਡਾ ਹੋ ਗਿਆ ਇੱਥੇ ਵੀ ਤਿੰਨ ਸਟੱਡ ਲੱਗੇ ਹੋਏ ਨੇ ਇੱਥੇ ਵੀ ਤਿੰਨ ਸਟੱਡ ਲੱਗੇ ਹੋਏ ਨੇ ਤੋਂ ਇਹ ਜਦੋਂ ਤਿੰਨ ਸਟੱਡ ਵੱਡੇ ਹੋ ਗਏ ਇਹਨੂੰ ਆਪਾਂ ਕਹਿ ਦਿੰਦੇ ਆ ਵੀਰਬਲੀ ਤੋਂ ਇਹ ਆਪਣੇ ਕੋਲ ਐਗਜ਼ਾਮਪਲ ਆ ਗਈ ਵੀਰਬਲੀ ਦੀ ਆ ਬਿਲਕੁਲ ਸਹੀ ਕਹਿ ਰਹੇ ਹੋ ਤੁਸੀਂ ਠੀਕ ਹੈ ਬਾਲਾ ਲਾਰਜ ਹੁੰਦਾ ਮੁੜਕੀ ਜਿਹੜੀ ਉਹ ਛੋਟੀ ਹੁੰਦੀ ਹੈ ਓਕੇ ਹੁਣ ਲਾਸਟ ਜਿਹੜਾ ਆਪਣਾ ਔਰਨਾਮੈਂਟ ਰਹਿ ਗਿਆ ਥੈਟ ਇਜ਼ ਦੂਰੀ ਛਾ ਦੂਰੀ ਛਾ ਕਿਹੋ ਜਿਹਾ ਹੁੰਦਾ ਇਸ ਚੀਜ਼ ਨੂੰ ਸਮਝਦੇ ਆਂ ਤਾਂ ਆ ਸਰਦਾਰ ਸਾਹਿਬ ਨੇ ਔਰ ਸਰਦਾਰ ਸਾਹਿਬ ਨੇ ਆਹ ਜਿਹੜਾ ਔਰਨਾਮੈਂਟ ਪਾਇਆ ਹੋਇਆ ਇਹ ਰਿੰਗ ਦੇ ਵਿੱਚ ਜਦੋਂ ਪੈਂਡੈਂਟ ਲਗਾ ਦਿੱਤਾ ਜਾਂਦਾ ਇਹਨੂੰ ਆਪਾਂ ਦੂਰੀ ਛਾ ਕਹਿੰਦੇ ਆਂ ਇਹਨੂੰ ਆਪਾਂ ਦੂਰੀ ਛਾ ਕਹਿੰਦੇ ਆਂ ਦੂਰੀ ਛਾ ਐਨ ਇਅਰਿੰਗ ਵਿਦ ਪੈਂਡੈਂਟ ਟੈਸਲ ਠੀਕ ਹੈ ਤੇ ਫਿਰ ਊਮਨ ਔਰਨਾਮੈਂਟ ਕਿਹੜੇ-ਕਿਹੜੇ ਨੇ ਬਾਲੀ ਬਾਲੀ ਬਹਾਦਰੀ ਕਰਨ ਫੁੱਲ ਝੁੰਮਕੇ ਠੀਕ ਹੈ ਪਿੱਪਲ ਵਟਾ ਪਿੱਪਲ ਵਟਾ ਬਹੁਤ ਹੀ ਜਿਆਦਾ ਇੰਪੋਰਟੈਂਟ ਹੈ ਤੇ ਕੰਟਾਲਾ ਆ ਸਾਰੇ ਆਪਾਂ ਸਮਝਦੇ ਹਾਂ ਬਾਲੀ ਦੀ ਗੱਲ ਕਰੀਏ ਛੋਟੀ ਜਿਹੀ ਜਿਹੜੀ ਇਅਰਿੰਗ ਨੂੰ ਆਪਾਂ ਬਾਲੀ ਕਹਿੰਦੇ ਨੇ ਆ ਬਾਲੀ ਬਹਾਦਰੀ ਜਦੋਂ ਸਟੱਡ ਉਹਦੇ ਵਿੱਚ ਲਗਾ ਦਿੱਤਾ ਜਾਂਦਾ ਇਅਰਿੰਗ ਦੇ ਨਾਲ ਇੱਕ ਲਾਰਜ ਪੁਆਇੰਟਡ ਸਟੱਡ ਹੈ ਜਿਹੜਾ ਉਹ ਲਗਾ ਦਿੱਤਾ ਜਾਂਦਾ ਉਹਨੂੰ ਆਪਾਂ ਬਾਲੀ ਬਹਾਦਰੀ ਕਹਿੰਦੇ ਨੇ ਕਰਨ ਫੁੱਲ ਝੁੰਮਕੇ ਵੱਡੇ ਵੱਡੇ ਔਰਨਾਮੈਂਟਸ ਹੁੰਦੇ ਨੇ ਠੀਕ ਹੈ ਜਿਹਦੇ ਵਿੱਚ ਬੋਲਸ ਔਰ ਲਿਟਲ ਚੇਨਸ ਲੱਗੀਆਂ ਹੁੰਦੀਆਂ ਉਹ ਆਪਨੇ ਕਰਨ ਫੁੱਲ ਆ ਪਿੱਪਲ ਵਾਟਾ ਪਿੱਪਲ ਪੱਟਾ ਬਹੁਤ ਜਿਆਦਾ ਇੰਪੋਰਟੈਂਟ ਹੈ ਇਹਦੇ ਵਿੱਚ ਇੱਕ ਪੈਂਡੈਂਟ ਹੁੰਦਾ ਜਿਹਦੇ ਉਸ ਉਹਦੇ ਨਾਲ ਨਾ ਜਿਹੜਾ ਪਿੱਪਲ ਦੇ ਜਿਹੜੇ ਲੀव्स ਆ ਉਹ ਲਗਾਏ ਹੁੰਦੇ ਨੇ ਜਿਹਨੂੰ ਆਪਾਂ ਪਿੱਪਲ ਵਾਟਾ ਕਹਿੰਦੇ ਆ ਜਦੋਂ ਪੈਂਡੈਂਟ ਲੀव्स ਪਿੱਪਲ ਦੇ ਹੋਣ ਨਾਲ ਨਾਲ ਇੱਕ ਸਟੱਡ ਆ ਜਿਹੜਾ ਉਹ ਵੀ ਯੂਜ਼ ਕੀਤਾ ਜਾਂਦਾ ਉਹਨੂੰ ਆਪਾਂ ਕੰਟਾਲਾ ਕਹਿੰਦੇ ਆ ਕੰਟਾਲਾ ਹੁਣੀ ਆਪਾਂ ਫੋਟੋਸ ਤੋਂ ਸਮਝਦੇ ਆ ਆਹ ਆਪਣੇ ਕੋਲ ਕੀ ਹੈ ਜੀ ਬਾਲੀ ਆਹ ਆਪਣੇ ਕੋਲ ਕੀ ਹੈ ਜੀ ਬਾਲੀ ਹੁਣ ਬਾਲੀਆਂ ਦੇ ਨਾਲ ਆਹ ਸਟੱਡ ਲੜਕਾਤੇ ਉਰੇ ਲਟਕਾਤੇ ਆਹ ਸਟੱਡ ਲਟਕਾਤੇ ਜਦੋਂ ਬਾਲੀ ਦੇ ਨਾਲ ਸਟੱਡ ਲਗਾ ਦਿੱਤਾ ਜਾਏ ਕੀ ਬਣ ਗਈ ਬਾਲੀ ਬਣ ਗਈ ਬਹਾਦਰ ਤਾਕਤ ਆ ਗਈ ਨਾ ਤੋਂ ਬਣ ਗਈ ਬਾਲੀ ਬਹਾਦਰੀ ਬਾਲੀ ਬਹਾਦਰੀ ਆ ਦੇਖੋ ਜੀ ਆ ਕੀ ਆ ਚੁੰਮਕਾ ਠੀਕ ਹੈ ਇਹਨੂੰ ਆਪਾਂ ਕਹਿੰਦੇ ਨੇ ਚੁੰਮਕਾ ਥੋੜਾ ਵੱਡਾ ਜਿਹਾ ਹੁੰਦਾ ਆ ਥੱਲੇ ਉਹਦੀ ਆ ਕੋਲੀ ਜੀ ਟਾਈਪ ਦੀ ਸ਼ੇਪ ਹੈ ਜਿਹੜੀ ਆ ਬਣੀ ਹੁੰਦੀ ਹੈ ਜਿਹਨੂੰ ਆਪਾਂ ਚੁੰਮਕਾ ਕਹਿ ਦਿੰਨੇ ਆ ਕਲੀਅਰ ਹੁਣ ਇਹਦੇ ਵਿੱਚ ਆਪਾਂ ਦੇਖਦੇ ਆ ਇਹ ਆ ਗਿਆ ਆਪਣੇ ਕੋਲ ਪੀਪਲ ਵਾਟਾ ਇਹ ਆ ਗਿਆ ਪੀਪਲ ਸ਼ੇਪ ਦੇ ਜਦੋਂ ਪੱਤੇ ਜਿਹੜੇ ਜੜੇ ਲੱਗੇ ਹੁੰਦੇ ਨੇ ਇਹਦੇ ਨਾਲ ਉਹਨੂੰ ਆਪਾਂ ਪੀਪਲ ਵਟਾ ਕਹਿ ਦਿੰਦੇ ਆ ਤਾਂ ਇੰਨਾ ਸਮਝ ਲਓ ਜਦੋਂ ਪੀਪਲ ਲੀਵਸ ਸੋਨੇ ਦੇ ਪੀਪਲ ਲੀਵਸ ਹੈ ਜਿਹੜੇ ਉਹ ਲੱਗੇ ਹੁੰਦੇ ਨੇ ਮੁੜਕੀ ਦੇ ਨਾਲ ਮੁੜਕੀ ਮੁੜਕੀ ਦੇ ਥੱਲੇ ਪੀਪਲ ਲੀਵ ਹੈ ਜਿਹੜਾ ਉਹ ਲੱਗਿਆ ਹੁੰਦਾ ਉਹਨੂੰ ਆਪਾਂ ਪੀਪਲ ਵਟਾ ਕਹਿ ਦਿੰਦੇ ਆ ਜਦੋਂ ਪੀਪਲ ਵਟਾ ਦੇ ਨਾਲ ਆਹ ਪੀਪਲ ਵਟਾ ਲੱਗਾ ਇਹਦੇ ਨਾਲ ਜਿਹੜਾ ਆਹ ਇੱਕ ਪੈਂਡੈਂਟ ਲੱਗ ਗਿਆ ਜਦੋਂ ਪੀਪਲ ਵਟਾ ਦੇ ਨਾਲ ਥੱਲੇ ਇੱਕ ਪੈਂਡੈਂਟ ਵੀ ਲੱਗ ਜਾਵੇ ਇਸ ਚੀਜ਼ ਨੂੰ ਆਪਾਂ ਕਹਿ ਦਿੰਦੇ ਆ ਕੰਟਾਲਾ ਇਨੂੰ ਕੀ ਕਹਿ ਦਿੰਨੇ ਆ ਕਾਂਟਾ ਵਾਲਾ ਯਾਨੀ ਪੀਪਲ ਦੇ ਨਾਲ ਇੱਕ ਕਾਂਟਾ ਵੀ ਲਗਾਤਾ ਯਾਦ ਕਰਨ ਦਾ ਤਰੀਕਾ ਕਾਂਟਾ ਵਾਲਾ ਪੀਪਲ ਦੇ ਨਾਲ ਇੱਕ ਕਾਂਟਾ ਵੀ ਲਗਾਤਾ ਤੋ ਬਣ ਗਿਆ ਕਾਂਟਾ ਵਾਲਾ ਇੰਟਰਸਟਿੰਗ ਮੈਨੂੰ ਨਹੀਂ ਲੱਗਦਾ ਹੁਣ ਕਦੀ ਭੁੱਲਣਗੇ ਜੇ ਭੁੱਲ ਗਏ ਤੇ ਬਾਸ ਇਹ ਮੈਂ ਬਹੁਤ ਟਾਈਮ ਲੱਗਾ ਫੋਟੋਆਂ ਲੱਭਦੀਆਂ ਨਹੀਂ ਸੀਗੀਆਂ ਬਹੁਤ ਔਖੀਆਂ ਫੋਟੋਆਂ ਜਿਹੜੀਆਂ ਲੱਭੀਆਂ ਫਿਰ ਹਰ ਇੱਕ ਚੀਜ਼ ਨੂੰ ਰਿਲੇਟ ਕੀਤਾ ਜਾਏ ਠੀਕ ਹੈ ਥੋੜੇ ਮੈਂ ਆਪਣੇ ਬਜ਼ੁਰਗਾਂ ਦੀ ਜਿਹੜੀ ਮਦਦ ਵੀ ਲਈ ਆ ਕਿਉਂ ਲੇਡੀਜ਼ ਦੇ ਗਹਿਣੇ ਦਾ ਘੱਟ ਪਤਾ ਹੁੰਦਾ ਥੋੜੇ ਮਾਤਾ ਜੀ ਨੂੰ ਪੁੱਛਿਆ ਠੀਕ ਹੈ ਥੋੜੇ ਖਰੀ ਬਜ਼ੁਰਗਾਂ ਦੀ ਜਿਹੜੀ ਮਿਹਨਤ ਵੀ ਲਈ ਠੀਕ ਹੈ ਪੀਪਲ ਦਾ ਬੁੱਟਾ ਲਗਾ ਦੋ ਹੁਣ ਮੈਨੂੰ ਪਤਾ ਆਹ ਜਦੋਂ ਕੁੜੀਆਂ ਨੇ ਦੇਖਣਾ ਹੁਣ ਕਿਸੇ ਦਾ ਦਿਲ ਕਰ ਬਣਾ ਯਾਰ ਆਹ ਇਅਰਿੰਗ ਬਹੁਤ ਸੋਹਣੇ ਆ ਆਹ ਆ ਇਅਰਿੰਗ ਬਹੁਤ ਸੋਹਣੇ ਆ ਤੋ ਅੱਧੇ ਕੁੜੀਆਂ ਦੇ ਘਰਦਿਆਂ ਨੇ ਕਹਿੰਨਾ ਚੰਗੀ ਏਰਮਾਨਸਰ ਦੀ ਕਲਾਸ ਲਗਵਾਈ ਖਰਚਾ ਹੀ ਪਾਤਾਈ ਚਲੋ ਹੋਰ ਵੀ ਹੈਗੇ ਨਹੀਂ ਖਰਚਾ ਹੋਰ ਵਧਾਵਾਂਗੇ ਤੁਹਾਡਾ ਕੋਈ ਗੱਲ ਨਹੀਂ ਲੈ ਲਓ ਜਿਹੜੇ ਏਰਿੰਗ ਲੈਣੇ ਨੇ ਬਾਲਾ ਖੁੰਗੂੜੀ ਬਾਲਾ ਖੁੰਗੂੜੀ ਜਿਹੜੀ ਖੁੰਗਰੀ ਹੁੰਦੀ ਆ ਇਹ ਇੱਕ ਹੈਵੀ ਏਰਿੰਗ ਹੁੰਦਾ ਤੋ ਹੈਵੀ ਏਰਿੰਗ ਫ੍ਰੀਜ਼ਡ ਏਰਿੰਗ ਹੁੰਦਾ ਉਹਨੂੰ ਆਪਾਂ ਬਾਲਾ ਖੁੰਗਰੀ ਕਹਿੰਦੇ ਆ ਜਦੋਂ ਬਾਲਾ ਕਟੋਰੀ ਵਾਲਾ ਕਹਿ ਦਿੰਦੇ ਨੇ ਕਟੋਰੀ ਯਾਨੀ ਕੋਲੀ ਜੀ ਲੱਗੀ ਹੁੰਦੀ ਆ ਬਾਉਲ ਸ਼ੇਪ ਪੈਂਡੈਂਟ ਆ ਜਿਹੜਾ ਉਹ ਲੱਗਿਆ ਹੁੰਦਾ ਖਾਲੀ ਖਾਲੀ ਜਿਹੜਾ ਇਹ ਇੱਕ ਮੁਰਕੀ ਵਾਂਗ ਹੀ ਹੁੰਦਾ ਮੁਰਕੀ ਜਿਹੜੀ ਛੋਟੀ ਜੀ ਹੁੰਦੀ ਹੈ ਮੁਰਕੀ ਮੁੰਡਿਆਂ ਲਈ ਯੂਜ਼ ਹੁੰਦੀ ਹੈ ਔਰ ਕੁੜੀਆਂ ਲਈ ਮੁਰਕੀ ਦੀ ਥਾਂ ਤੇ ਖਾਲੀ ਯੂਜ਼ ਕੀਤੀ ਜਾਂਦੀ ਹੈ ਖਾਲੀ ਕਲੀਅਰ ਤਾਂ ਜਿਹਨੂੰ ਆਪਾਂ ਛੋਟੀ ਜੀ ਇਅਰਿੰਗ ਕਹ ਦੇਨੇ ਆ ਬਾਲੀ ਛੋਟੀ ਜੀ ਕਹ ਦੇਨੇ ਆ ਨੂੰ ਖਾਲੀ ਬਾਲੀ ਇੱਕੋ ਹੀ ਗੱਲ ਹੁੰਦੀ ਹੈ ਜਾਲੀਲ ਦੀ ਗੱਲ ਕਰੀਏ ਜਾਲੀਲ ਦੇ ਵਿੱਚ ਕੀ ਕੀਤਾ ਹੁੰਦਾ ਇੱਕ ਸਟਡ ਹੈ ਜਿਹੜਾ ਉਹ ਲੱਗਾ ਹੁੰਦਾ ਜਾਲੀਲ ਦੇ ਵਿੱਚ ਇੱਕ ਸਟਡ ਲੱਗਾ ਹੁੰਦਾ ਫੂਮੀ ਫੂਮੀ ਜਿਹੜੇ ਹੁੰਦੇ ਆ ਫੂਮੀਆਂ ਹੁੰਦੀਆਂ ਫੂਮੀਆਂ ਮਤਲਬ ਕੀ ਹੋ ਗਿਆ ਸਿਲਕ ਵਗੈਰਾ ਦੇ ਜਿਹੜੇ ਕਹ ਦੇਨੇ ਆ ਅ ਥ੍ਰੈਡ ਜੇ ਟਾਈਪ ਲੱਗੇ ਹੁੰਦੇ ਨੇ ਠੀਕ ਐ ਚਲੋ ਜੀ ਅੱਗੇ ਆ ਗਿਆ ਮੱਛ ਮੱਛਲੀਆਂ ਮੱਛ ਮੱਛਲੀਆਂ ਦਿਖਾ ਦੇਣਾ ਤੁਹਾਨੂੰ ਹੁਣੇ ਅੱਗੇ ਹੁਣ ਕਈਆਂ ਨੇ ਲੈਣ ਵੀ ਚੱਲ ਜਣਾ ਮੈਨੂੰ ਮੱਛ ਮੱਛਲੀਆਂ ਬਾਣੀਆਂ ਮੈਂ ਅੱਜ ਠੀਕ ਐ ਅੱਗੇ ਆ ਗਿਆ ਟਿੱਡ ਪਤੰਗ ਆ ਬਹੁਤ ਵਧੀਆ ਟਿੱਡ ਪਤੰਗ ਜਿਹੜਾ ਇਹਦੇ ਵਿੱਚ ਵੀ ਪੀਪਲ ਦਾ ਜਿਹੜਾ ਬੂਟੇ ਜਿਹੜੇ ਸੌਰੀ ਪੀਪਲ ਦੇ ਪੱਤੇ ਜਿਹੜੇ ਯੂਜ਼ ਕੀਤੇ ਜਾਂਦੇ ਅੱਗੇ ਦਿਖਾਣਾ ਤੁਹਾਨੂੰ ਤੰਦੂਰਾ ਹੋ ਗਿਆ ਟੇਡੀ ਹੋ ਗਿਆ ਔਰ ਇਹ ਇੱਕ ਹਿਊਜ ਸਟਾਰ ਸ਼ੇਪ ਦਾ ਦਾ ਹੁੰਦਾ ਇਹਦੀ ਮੈਂ ਫੋਟੋ ਨਹੀਂ ਪਾਈ ਹੋਈ ਅ ਤੁਸੀਂ ਸਮਝੋਗੇ ਜਿਹੜਾ ਵੱਡੀ ਜੀ ਸ਼ੇਪ ਦਾ ਜਿਹੜਾ ਤਾਰਾ ਲੱਗਿਆ ਹੁੰਦਾ ਉਹਨੂੰ ਆਪਾਂ ਤੰਦੂਰਾ ਕਹਿ ਦਿੰਨੇ ਆ ਤੰਦੂਰਾ ਜਾਂ ਡੇੜੀ ਵੀ ਕਹਿ ਦਿੰਨੇ ਆ ਸੋ ਮੋਰ ਹਨਵਾਰ ਮੋਰ ਹਨਵਾਰ ਦੇ ਵਿੱਚ ਜਿਹੜੀ ਆ ਮੋਰ ਪੀਕੋਕ ਦੀ ਜਿਹੜੀ ਫਿਗਰ ਆ ਉਹ ਪੈਂਡੈਂਟ ਦੇ ਵਿੱਚ ਲੱਗੀ ਹੁੰਦੀ ਹੈ ਜਿਹਨੂੰ ਆਪਾਂ ਮੋਰ ਫੰਗਵਾਰ ਕਹਿ ਦਿੰਨੇ ਆ ਸਾਰਿਆਂ ਨੂੰ ਪਹਿਲਾਂ ਆਪਾਂ ਚੱਲਦੇ ਆ ਊਰੇ ਫਿਰ ਚੱਲਦੇ ਆ ਉਧੇ ਕਲੀਅਰ ਤੋ ਆਜ ਜਿਹੜੀ ਤੁਸੀਂ ਚੀਜ਼ ਦੇਖ ਰਹੇ ਹੋ ਆਹ ਇੱਕ ਕਟੋਰੀ ਜੀ ਜਿਹੜੀ ਆ ਇਹਨੂੰ ਆਪਾਂ ਕਟੋਰੀ ਜੀ ਕਵਾਂਗੇ ਆਹ ਬਾਹੂ ਲੱਕ ਲੱਗੀ ਹੁੰਦੀ ਆ ਤੋ ਜਿਹਨੂੰ ਆਪਾਂ ਕਹਿੰਦੇ ਨੇ ਕਟੋਰੀ ਵਾਲਾ ਆਹ ਕਟੋਰੀ ਵਾਲਾ ਠੀਕ ਹੈ ਉਹ ਸਿੰਪਲ ਜੀ ਯਾਨੀ ਇਹ ਤੁਸੀਂ ਦੇਖਿਆ ਹੋਵੇਗਾ ਕਿ ਕੁੜੀਆਂ ਨੂੰ ਤਾਂ ਪਤਾ ਹੀ ਹੁੰਦਾ ਆ ਛੋਟੀ ਜੀ ਐਵੇਂ ਕਦੀ ਕਦੀ ਆ ਐਵੇਂ ਐਵੇਂ ਕਟੋਰੀ ਵਾਲੀਆਂ ਜਿਹੜੀ ਇੱਕ ਇੱਕ ਮਿਲਦੀਆਂ ਛੋਟੀ ਛੋਟੀ ਜੀ ਕਟੋਰੀ ਲੱਗੀ ਹੁੰਦੀ ਆ ਠੀਕ ਹੈ ਤੁਸੀਂ ਕਹੋ ਸਰ ਸਾਨੂੰ ਤਾਂ ਪਤਾ ਤੁਹਾਨੂੰ ਕਿੱਦਾਂ ਪਤਾ ਹੈ ਮੈਨੂੰ ਇਸ ਤਰ੍ਹਾਂ ਪਤਾ ਹੈ ਕਿ ਬਾ ਪਤਾ ਯਾਰ ਹੁਣ ਇਹ ਨਾ ਪੁੱਛੋ ਕਿ ਇਸ ਤਰ੍ਹਾਂ ਪਤਾ ਹੈ ਹਣਾ ਅਮੀ ਬੋਲ ਨਹੀਂ ਹੋਣੀ ਯਾਰ ਇਹ YouTube ਆ ਕੋਈ ਆਫਲਾਈਨ ਦਾ ਕਲਾਸਰੂਮ ਥੋੜੀ ਹੈ ਕਲੀਅਰ ਤੋਂ ਇਹ ਇਹ ਵੀ ਗੱਲ ਕਰੀਏ ਇਹੀ ਥੋੜਾ ਜਿਹਾ ਜੇ ਆਪਾਂ ਗੱਲ ਕਰੀਏ ਜਿਵੇਂ ਮੈਂ ਕਿਹਾ ਸੀ ਹੈਵੀ ਜਿਹੜੇ ਈਰਿੰਗ ਹੁੰਦੇ ਆ ਉਹਨੂੰ ਬਾਲਖੰਗੂਰੀ ਕਹਿੰਦੇ ਆ ਤੋਂ ਬਾਲਖੰਗੂਰੀ ਨੂੰ ਸਮਝਦੇ ਆ ਬਾਲਖੰਗੂਰੀ ਕਿਸ ਤਰ੍ਹਾਂ ਹੋ ਗਿਆ ਬਾਲਾ ਮਤਲਬ ਜਿਹੜਾ ਮੁੰਡਿਆਂ ਦੇ ਦੁਆਰਾ ਪਾਇਆ ਜਾਂਦਾ ਵੱਡਾ ਵੱਡਾ ਜਿਹੜਾ 이어 ਰਿੰਗਾਂ ਨੂੰ ਬਾਲਾ ਖੰਗੂਰੀ ਕਹਿ ਦਿੰਨੇ ਆ ਬਾਲਾ ਕਹਿੰਨੇ ਆ ਮੁੰਡਿਆਂ ਦਾ ਔਰ ਬਾਲੇ ਦੇ ਨਾਲ ਜਦੋਂ ਖੰਗੂਰੀ ਲੱਗ ਗਈ ਤਾਂ ਕੀ ਬਣ ਗਈ ਨਾ ਕੁੜੀਆਂ ਦਾ ਨਾਂ ਖੰਗੂਰੀ ਉਹ ਬਾਲਾ ਖੰਗੂਰੀ ਬਣ ਗਿਆ ਦੱਸੋ ਸਰ ਕੀ ਦੱਸਾਂ ਜੀ ਕਿਹਦਾ ਨਾਮ ਫਸਟ ਟਾਈਮ ਸੁਣਿਆ ਜੀ ਮੱਛੀਆਂ ਮੱਛੀਆਂ ਵੀ ਤਾਂ ਦਿੰਨੇ ਕਿਹੜੀਆਂ ਮੱਛੀਆਂ ਤੋਂ ਬਾਲਾ ਖੰਗੂਰੀ ਜਿਹੜੀ ਆ ਬਾਲਾ ਮਤਲਬ ਵੱਡੇ ਵੱਡੇ 이어 ਔਰਨਾਮੈਂਟ ਖੰਗੂਰੀ ਕੁੜੀਆਂ ਦੇ ਬਾਲਾ ਮੁਕਲਾ ਮੁੰਡਿਆਂ ਦਾ ਤੇ ਜਦੋਂ ਆ چھوٹਾ ਜਿਹਾ ਬਣ ਗਿਆ ਉਹਦਾ ਨਾਮ ਕੀ ਬਣ ਗਿਆ ਬਾਲਾ ਕਟੋਰੀ ਵਾਲੀ ਤਾਂ ਜ ਜਿਹੜੀ ਆ ਖਲੀ ਹੋ ਗਿਆ ਜਲੀਲ ਹੋ ਗਿਆ ਇਹਦੀਆਂ ਫੋਟੋਆਂ ਜਿਹੜੀਆਂ ਆ ਸੋਈ ਜਲੀਲ ਹੋ ਗਿਆ ਇਹਦੀਆਂ ਫੋਟੋ ਆਪਾਂ ਦੀ ਜਰੂਰਤ ਨਹੀਂ ਹੈਗੀਆਂ ਇਹ ਇੱਕ ਸਿੰਪਲ ਜਿਹੀ ਈਅਰਿੰਗ ਹੀ ਹੁੰਦੀ ਆ ਇਹਦੀ ਗੱਲ ਕਰੀਏ ਆ ਫੁੰਮੀਆਂ ਲੱਗੀਆਂ ਹੋਈਆਂ ਆ ਕੁੜੀ ਨੇ ਜਿਹੜਾ ਈਅਰਿੰਗ ਪਾਇਆ ਹੋਇਆ ਇਹਦੇ ਵਿੱਚ ਆ ਜਿਹੜੇ ਸਿਲਕ ਦੇ ਜਿਹੜੇ ਇਹ ਬ੍ਰਿਸਲਸ ਜਿਹੜੇ ਹੁੰਦੇ ਆ ਇਹਨੂੰ ਫੁੰਮੀਆਂ ਕਹਿ ਦਿੰਨੇ ਆ ਤੋ ਇਹਨੂੰ ਕਹਿੰਦੇ ਫੁੰਮੀ ਇਹਨੂੰ ਕੀ ਕਹਿੰਦੇ ਫੁੰਮੀ ਤੋ ਸਿਲਕ ਦੀ ਜਿਹੜੀ ਹੈਗੀ ਆ ਆ ਹੈਗੀ ਫੁੰਮੀ ਅੱਗੇ ਆ ਗਿਆ ਮੱਛ ਮੱਛਲੀਆਂ ਅਹ ਕੰਨਾ ਦੇ ਵਿੱਚ ਮੱਛਲੀ ਸ਼ੇਪ ਦੇ ਜਿਹੜੇ ਬਣਾ ਕੇ ਪਾਏ ਜਾਂਦੇ ਨੇ ਇਹਨਾਂ ਨੂੰ ਕਹਦੇ ਨੇ ਮੱਛ ਮੱਛਲੀਆਂ ਖਰਚਾ ਨਾ ਕਰਾਈਓ ਕੁੜੀਓ ਗਾਲਾਂ ਨਾ ਥਵਾਈਓ ਮੈਨੂੰ ਆਪਣੇ ਕਰੋ ਜੀ ਕਿ ਮੇਰੇ ਸੀਕਰਟ ਕੌਣ ਖੋਲ ਰਿਹਾ ਬਈ ਨਾ ਵੀ ਜੋਤੀ ਸੀਕਰਟ ਨਹੀਂ ਖੋਲਨੇ ਵੀ ਮੇਰੇ ਕਿਸੇ ਨੇ ਚਲੋ ਤਾਂ ਮੱਛ ਮੱਛਲੀਆਂ ਆ ਗਈਆਂ ਕਲੀਅਰ ਓਕੇ ਹੁਣ ਆ ਆ ਵਾਲੀ ਜਿਹੜੀ ਸ਼ੇਪ ਦੇਖਦੇ ਆ ਆ ਥੱਲੇ ਦੇਖੋ ਇਹ ਕਾਫੀ ਸਾਰੇ ਪੀਪਲ ਪੀਪਲ ਦੇ ਉਹੀ ਪੱਤੇ ਜਿਹੜੇ ਲੀव्स ਪੀਪਲ ਦੇ ਹੈਗੇ ਨੇ ਇਹ ਸਾਰੇ ਲਟਕਾਏ ਹੋਏ ਨੇ ਆ ਆ ਨੀਚੇ ਜਿਹਨੇ ਦਿਖ ਰਹੇ ਨੇ ਤੇ ਇਹ ਪੀਪਲ ਦੇ ਜਿਹੜੇ ਪੱਤੇ ਲਟਕਾਏ ਹੋਏ ਨੇ ਔਰ ਪੀਪਲ ਦੇ ਜਿਹੜੇ ਪੱਤੇ ਲਟਕਾਏ ਹੋਏ ਵਲਾ ਜਿਹੜਾ ਇੱਕ ਇੱਕ ਪੈਂਡੈਂਟ ਇੱਕ ਵਧੀਆ ਜਿਹਾ ਪੈਂਡੈਂਟ ਜਿਹੜਾ ਸੋਨੇ ਦਾ ਬਣਿਆ ਹੁੰਦਾ ਉਹਨੂੰ ਆਪਾਂ ਟੇੜ ਪਤੰਗ ਕਹਿੰਦੇ ਨੇ ਉਹਨੂੰ ਆਪਾਂ ਟੇੜ ਪਤੰਗ ਕਹਿੰਦੇ ਨੇ ਆਹ ਜਿਹਦੇ ਵਿੱਚ ਆਹ ਇੱਕ ਔਰਨਾਮੈਂਟ ਔਰ ਥੱਲੇ ਕਾਫੀ ਸਾਰੇ ਪੀਪਲ ਦੇ ਪੱਤੇ ਜਿਹੜੇ ਲਟਕਾਏ ਹੁੰਦੇ ਨੇ ਜਿਹਨੂੰ ਆਪਾਂ ਟੇੜ ਪਤੰਗ ਕਹਿੰਦੇ ਨੇ ਨੋਜ਼ ਔਰਨਾਮੈਂਟਸ ਕਰਾਂਗੇ ਹੁਣ ਕੱਲ ਕਿਉਂਕਿ ਅੱਜ ਹੋ ਗਿਆ ਬਹੁਤ ਜ਼ਿਆਦਾ ਟਾਈਮ ਜੋਤੀ ਮਛਲੀਆਂ ਹਾਂ ਮੈਂ ਕੁਝ ਇੱਕ ਹੋਰ ਚੀਜ਼ਾਂ ਦੱਸ ਦਵਾਂ ਦੇਖੋ ਮੋਰ ਮੋਰ ਫਨਵਾਰ ਹੈ ਜਿਹੜੀ ਉਹਦੇ ਵਿੱਚ ਮੋਰ ਦੀ ਫੋਟੋ ਬਣੀ ਹੁੰਦੀ ਹੈ ਕੰਨਾਂ ਦੇ ਵਿੱਚ ਪਾਇਆ ਹੁੰਦਾ ਕੁੜੀਆਂ ਨੇ ਮੋਰ ਮੋਰ ਜੇ ਟਾਈਪ ਦਾ ਕਲੀਅਰ ਮੋਰ ਫੋਟੋ ਬਣੀ ਹੁੰਦੀ ਹੈ ਤੰਦੂਰਾ ਜਿਹੜਾ ਹੈਗਾ ਨਾ ਤੰਦੂਰਾ ਜਾਂ ਡੇੜੀ ਇਹ ਰੀੜਾ ਤੰਦੂਰਾ ਤੇ ਜਿਹੜੀ ਆ ਉਹ ਇੱਕ ਸਟਾਰ ਸ਼ੇਪ ਦਾ ਹੁੰਦਾ ਆ ਉਹ ਐਵੇਂ ਦਾ ਇੱਕ ਸਟਾਰ ਜਿਹਾ ਬਣਿਆ ਹੁੰਦਾ ਲਟਕਾਇਆ ਹੁੰਦਾ ਤੋਂ ਇੱਥੇ ਇੱਕ ਤਾਰਾ ਜਿਹਾ ਜਿਹੜਾ ਲੜਕਦਾ ਹੁੰਦਾ ਇਹ ਤੰਦੂਰਾ ਹੁੰਦਾ ਆ ਟੋਪੀ ਚ ਕੁੜੀਆਂ ਮੈਂ ਕਹਿੰਨਾ ਟੋਪ ਕਰੀ ਗਈਆਂ ਹੋਣੀਆਂ ਟੋਪ ਕਰਨ ਦੇ ਨਾਲ ਨਾਲ ਕੁੜੀਆਂ ਨੇ ਘਰਦਿਆਂ ਨੂੰ ਵੀ ਹੁਣ ਟੋਪ ਕਰਾ ਦੇਣਾ ਖਰਚਾ ਕਰਾ ਦੇਣਾ ਆਪਣੇ ਆਪਣੇ ਘਰਦਿਆਂ ਦਾ ਆਧੀਆਂ ਨੇ ਕਹਿਣਾ ਚਲੋ ਮੰਮੀ ਮੈਂ ਜਾ ਕੇ ਨਾ ਤੰਦੂਰਾ ਲੈਣਾ ਉਹ ਸਟਾਰ ਤਾਰਾ ਜਿਹਾ ਜਿਹੜਾ ਬਹੁਤ ਵਧੀਆ ਲੱਗਦਾ ਕੰਨਾਂ ਦੇ ਵਿੱਚ ਚਮਕ ਲਟਕਦਾ ਹੋਇਆ ਯਾਦ ਕਰਨੇ ਕੋਈ ਔਖੇ ਨਹੀਂ ਹੈਗੇ ਕੋਈ ਔਖੇ ਨਹੀਂ ਹੈਗੇ ਸ਼ੁਭਮ ਬੱਤਰਾ ਅਗਰ ਨਾਮ ਦੇਖੋਗੇ ਬਾਲਾ ਬਾਲਾ ਮੁੰਡਿਆਂ ਦਾ ਵੱਡਾ ਜਆ ਵੱਡੀ ਜੀ ਰਿੰਗ ਔਰ ਖੰਗੂਰੀ ਲਾਗੀ ਕੁੜੀਆਂ ਦੀ ਬਣਗੀ ਕੁੜੀਆਂ ਦੀ ਵੱਡੀ ਜੀ ਰਿੰਗ ਜਿਹਦੇ ਤੇ ਬਹੁਤ ਸਾਰੇ ਹੁਣ ਕੁੜੀਆਂ ਨੂੰ ਸਿੰਪਲ ਜੀ ਰਿੰਗ ਤਾਂ ਪਸੰਦ ਨਹੀਂ ਹੁੰਦੀ ਹੁਣ ਵੱਡੀ ਸਾਰੀ ਰਿੰਗ ਦੇ ਉੱਤੇ ਬਹੁਤ ਸਾਰਾ ਹੋਰ ਡਿਜ਼ਾਈਨਿੰਗ ਵਗੈਰਾ ਕੀਤੀ ਹੋਈ ਬਾਲਾ ਖੰਗੂੜੀ ਬਣਗੀ ਕਟੋਰੀ ਵਾਲਾ ਦੇ ਵਿੱਚ ਇੱਕ ਕਟੋਰੀ ਬੌਲ ਦਾ ਮਤਲਬ ਕਟੋਰੀ ਹੁੰਦਾ ਇੱਕ ਕਟੋਰੀ ਟਾਈਪ ਪੈਂਡੈਂਟ ਹੈ ਜਿਹੜਾ ਹੋ ਲਟਕਾ ਦੋ ਖਲੀ ਤੇ ਜਲੀਲ ਖਲੀ ਜਿਹੜੀ ਛੋਟੀ ਜੀ ਇਅਰਿੰਗ ਹੋਗੀ ਜਲੀਲ ਜ ਠੀਕ ਹੈ ਏ ਰਿੰਗ ਨੂੰ ਥੋੜਾ ਜਲੀਲ ਕਰ ਦਿੱਤਾ ਉਹਦੇ ਵਿੱਚ ਸਟੱਡ ਲਗਾਤਾ ਤੇ ਉਹ ਜਿਹੜੀ ਜਲੀਲ ਹੋ ਗਈ ਫੂਮੀ ਦੇ ਵਿੱਚ ਫੂਮੀਆਂ ਫੂਮੀਆਂ ਮਤਲਬ ਬ੍ਰੀਸਲਸ ਹੋ ਗਈਆਂ ਜਿਹੜੀਆਂ ਸਿਲਕ ਦੀਆਂ ਫੂਮੀਆਂ ਲੱਗੀਆਂ ਹੁੰਦੀਆਂ ਤਦੇ ਮੈਂ ਫੋਟੋ ਵੀ ਤੁਹਾਨੂੰ ਦਿਖਾਈ ਆ ਆ ਫੂਮੀਆਂ ਕਿਸ ਤਰ੍ਹਾਂ ਪੁੱਲ ਤੁਲ ਜੋਗੇ ਨਹੀਂ ਪੁੱਲ ਸਕਦੇ ਹੁਣ ਠੀਕ ਹੈ ਮੱਛਮੱਛਲੀਆਂ ਮਛਲੀਆਂ ਦੀ ਫੋਟੋ ਹੋਗੀ ਠੀਕ ਹੈ ਢੇਡ ਪਤੰਗ ਤੋ ਢੇਡ ਪਤੰਗ ਤੋ ਹੀ ਤੁਸੀਂ ਇਹ ਸੋਚ ਲਓ ਪਿੱਪਲ ਵਾਲੀ ਪਤੰਗ ਹਣਾ ਪੀਪਲ ਤੇ ਪਦੰਗ ਤੋਂ ਇਸ ਤਰ੍ਹਾਂ ਕਰਕੇ ਚੀਜ਼ਾਂ ਨੂੰ ਯਾਦ ਕਰ ਲਿਆ ਕਰੋ ਤੰਦੂਰਾ ਮੈਂ ਦਾ ਦਿੱਤਾ ਅੱਜ ਕੁੜੀਆਂ ਨੇ ਬਹੁਤ ਕੁੜੀਆਂ ਨੇ ਜਾ ਕੇ ਘਰ ਦੇ ਨੂੰ ਕਹਿਣਾ ਕਿ ਆਪਾਂ 이어ਿੰਗ ਬਣਾਣੇ ਆ ਤੰਦੂਰੇ ਵਾਲੇ ਔਕੇ ਯਾ ਨੂੰ ਤੇ ਉੱਥੇ ਜਾ ਕੇ ਉਹਨੇ ਵੀ ਹੁਣ ਇੰਨੇ ਕੀ ਕਹਿੰਦੇ ਆ ਇਹ ਆਪਣਾ ਜਿਹੜਾ ਸੱਭਿਆਚਾਰ ਹੈ ਇਹਦੇ ਵਿੱਚ ਬਹੁਤ ਸਾਰੇ ਇਹੋ ਜਿਹੇ ਜਿਹੜੇ ਔਰਨਾਮੈਂਟਸ ਹੈਗੇ ਆ ਈਵਨ ਅੱਜ ਕੱਲ ਦੇ ਜੁਐਲਰਸ ਨੂੰ ਵੀ ਨਹੀਂ ਪਤਾ ਜੁਐਲਰ ਵੀ ਹੋ ਜੂਗਾ ਜੀ ਤੰਦੂਰਾ ਵਾਲਾ ਕਿਹੜਾ ਆਏ ਹੁੰਦਾ ਜਿਹੜਾ ਹਨੂ ਵੀ ਦੱਸੋ ਫਿਰ ਦੱਸ ਦਿਓ ਉਹ ਜਿਹੜਾ ਲੱਗਾ ਹੁੰਦਾ ਨਾ ਸਟਾਰ ਉਹ ਤੰਦੂਰੇ ਵਾਲਾ ਕਹਿੰਦੇ ਉਹਨੂੰ ਸਿਖਾ ਦਿਓ ਜਾ ਠੀਕ ਹੈ ਮੋਰ ਮੋਰ ਫੁਨਵਾਰ ਦੇ ਉੱਤੇ ਜਿਹੜਾ ਪੈਂਡੈਂਟ ਹੈਗਾ ਉਹਦੇ ਨਾਲ ਜਿਹੜੀ ਆ ਪੀਕੋਕ ਦੀ ਫੋਟੋ ਲੱਗੀ ਹੁੰਦੀ ਹੈ ਬਸ ਮੁੰਡਿਆਂ ਦਾ ਵੀ ਆਊਗਾ ਆ ਮੁੰਡੇ ਤੁਸੀਂ ਇੱਥੇ ਟੋਪ ਕਰ ਜਿਓ ਮੁੰਡਿਓ ਇੱਥੇ ਟੋਪ ਕਰ ਜਿਓ ਬਾਲਾ ਹੋ ਗਿਆ ਮੁੜ ਕੀ ਤੁਹਾਡੇ ਕੋਲ ਆ ਦੂਰ ਬੀਰ ਬਲੀ ਤੁਹਾਡੇ ਕੋਲ ਆ ਦੇਖੋ ਬੀਰ ਬਲੀ ਯਾਦ ਕਰਨਾ ਬਹੁਤ ਸੋਖਾ ਬੀਰਬਲ ਦਾ ਦਿਮਾਗ ਸੀਗਾ ਬੀਰ ਮਤਲਬ ਦਿਮਾਗ ਬਲ ਮਤਲਬ ਦਿਮਾਗ ਦੇ ਵਿੱਚ ਬਲ ਠੀਕ ਹੈ ਤਾਂ ਬੀਰਬਲੀ ਬੀਰਵਲ ਮਤਲਬ ਮਹਿੰਦਾ ਨਾਮ ਹੈ ਤਾਂ ਮਹਿੰਦਾ ਕੀ ਹੈ ਇਸਟਡ ਕੀ ਕਹਿੰਦੇ ਹੈ 이어ਿੰਗ ਹੈ ਜਿਹਦੇ ਵਿੱਚ ਤਿੰਨ ਸਟਡ ਲੱਗੇ ਹੁੰਦੇ ਵੱਡੇ ਵੱਡੇ ਦਿਮਾਗ ਵੱਡੇ ਵੱਡੇ ਤਿੰਨ ਦਿਮਾਗ ਬੀਰ ਬਿਲਕੁਲ ਸੀਗੇ ਦੂਰੀ ਛਾ ਦੂਰੀ ਛਾ ਦਾ ਵੈਸੇ ਬਹੁਤ ਈਜ਼ੀ ਹੈ ਕਿ ਇਹ ਕਿ ਪੈਂਡੈਂਟ ਹੀ ਲੜਕਾਣਾ ਹੈ ਚਲੋ ਜੀ ਅੱਜ ਕਰੋ ਜਾ ਕੇ ਹੁਣ ਸ਼ੋਪਿੰਗ ਕੁੜੀਆਂ ਸ਼ੋਪਿੰਗ ਕਰੇ ਕਰਨ ਔਰ ਮੁੰਡੇ ਜਿਹੜੇ ਤੁਸੀਂ ਇਹਨਾਂ ਸ਼ੋਪਿੰਗ ਕਰੀਓਏ ਤੁਸੀਂ ਇਹਨਾਂ ਸ਼ੋਪਿੰਗ ਕਰੀਓ ਤਾਨੂੰ ਕਿਉਂਕਿ ਪਹਿਲਾਂ ਤੁਸੀਂ ਆਪਣੀ ਸ਼ੋਪਿੰਗ ਕਰੋਗੇ ਬਾਅਦ ਵਿੱਚ ਤੁਹਾਡੇ ਵਿਆਹ ਹੋ ਜਾਣੇ ਘਰ ਵਾਲਿਆਂ ਨੂੰ ਸ਼ੋਪਿੰਗ ਕਰਾਉਂਗੇ ਤੇ ਤੁਸੀਂ ਹੱਲੇ ਨਾ ਕਰਿਓ ਤੁਸੀਂ ਬਾਅਦ ਵਿੱਚ ਹੀ ਕਰਿਓ ਪਹਿਲਾਂ ਨੌਕਰੀ ਲੈ ਲਓ ਫਿਰ ਆਪਣੇ ਵਿਆਹ ਵਿਊ ਕਰਾਓ ਤੇ ਫਿਰ ਜਾ ਕੇ ਸ਼ੋਪਿੰਗ ਕਰਿਓ ਆਪਣੀ ਘਰ ਵਾਲਿਆਂ ਦੇ ਨਾਲ ਸੋ ਥਿਸ ਇਜ਼ ਆਲਸੋ ਟੂਡੇ ਤੋਂ ਸਸਵੀਰ ਕਾਲ ਨਮਸਕਾਰ ਬਾਈ